ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡੀ ਆਪਣੀ ਮਨਪ੍ਰੀਤ ਕੌਰ ਹਾਜ਼ਰ ਹਾਂ ਅੱਜ ਫਿਰ ਨਵਾਂ ਪੋਡਕਾਸਟ ਲੈ ਕੇ ਨਵੇਂ ਮੈਂਬਰਾਂ ਦੇ ਨਾਲ, ਅਤੇ ਹੌਲੀ ਹੌਲੀ ਤੁਹਾਨੂੰ ਸਾਰੇ ਮੈਂਬਰਾਂ ਨਾਲ ਮਿਲਾਵਾਂਗੇ। ਅਤੇ ਅੱਜ ਵੇਖੋ ਸਾਡੇ ਨਾਲ ਕੌਣ ਹਾਜ਼ਰ ਆ। ਇੱਧਰ ਮਿਲੋ ਤੁਸੀਂ ਹੁਣ ਜੋਤੀ ਦੀਦੀ ਹੋਣਾ ਨੂੰ। ਹਾਂਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਜਿਹੜੇ ਦੇਸ਼ ਵਿਦੇਸ਼ 'ਚ ਵੀਡੀਓ ਵੇਖਣ ਡੇ ਆ, ਮੇਰੇ ਵੱਲੋਂ ਜਾਣੀ ਕਿ ਜਤਿੰਦਰ ਕੌਰ ਜੋਤੀ ਵੱਲੋਂ, ਅਤੇ ਉਹਨਾਂ ਦੇ ਹਸਬੈਂਡ ਗੁਰਜੋਤ ਸਿੰਘ, ਉਹ ਵੀ ਜੋਤੀ ਨੇ, ਉਹਨਾਂ ਦਾ ਨਾਮ ਵੀ ਡਾਕਟਰ ਜੋਤੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਵਾਹਿਗੁਰੂ ਚੜ੍ਹਦੀ ਕਲਾ ਕਰੇ ਜੀ ਸਾਰਿਆਂ ਨੂੰ, ਤੰਦਰੁਸਤੀ ਬਖਸ਼ ਨੂੰ ਵਾਹਿਗੁਰੂ ਕਿਰਪਾ ਕਰੇ, ਮਰ ਚੜ੍ਹਦੀ ਕਲਾ ਕਰੇ ਸਾਰਿਆਂ ਨੂੰ। ਤੇ ਇਹਨਾਂ ਦੀ ਇੱਕ ਬੜੀ ਵਧੀਆ ਗੱਲ ਵਾ, ਇਹਨਾਂ ਦੋਵਾਂ ਦਾ ਨਾਂ ਰਲਦਾ ਵਾ। ਵੈਸੇ ਸਾਡੇ ਜਿਹੜੇ ਟੀਮ ਮੈਂਬਰ ਵਾ ਨਾ, ਮੋਸਟਲੀ ਬੜਿਆਂ ਜਾਣ ਸਾਰਿਆਂ ਦਾ ਹੀ ਰਲਦਾ ਵਾ, ਹਨਾ। ਹਾਂਜੀ ਹਾਂਜੀ, ਜਿੱਦਾਂ ਥੋੜ੍ਹਿਆਂ ਜਿਹਾ ਨੂੰ ਛੱਡ ਕੇ, ਜਿੱਦਾਂ ਮੇਰਾ ਵਾ ਪੁਰਾਣਾ ਨਾਂ, ਜਿਹੜਾ ਛੋਟਾ ਨਾਂ ਵਾ ਮੰਨਾ ਤੇ ਮੰਨੋ, ਹਨਾ। ਤੇ ਤੁਹਾਡਾ ਦੋਵਾਂ ਦਾ ਜੋਤੀ। ਮੇਰਾ ਰਿਸ਼ਤਾ ਕਰਨ ਆਏ ਨਾ, ਉਦੋਂ ਵੀ ਮੇਰੇ ਪਾਪਾ ਨੇ ਜਦੋਂ ਪੁੱਛਿਆ ਨਾ ਇਹਨਾਂ ਦਾ ਨਾਂ, ਇਹਨਾਂ ਦਾ ਨਾਂ ਵੀ ਜੋਤੀ, ਤੇ ਇੱਥੇ ਇਹਨਾਂ ਕਿਹਾ ਵੀ ਕੋਈ ਨਾਂ ਚੇਂਜ ਕਰਦੇ, ਰਾਸ਼ੀ ਤੇ ਪ੍ਰਮਾਤਮਾ ਵੱਲੋਂ ਇਹਨਾਂ ਦੀ ਰਲੀ ਹੈ, ਕੋਈ ਨਾਂ ਨੀ ਚੇਂਜ ਕਰਨਾ। ਹਾਂਜੀ ਹਾਂਜੀ, ਤੇ ਉਹੀ ਮੇਰਾ ਨਾਂ ਨਿੱਕਾ ਨਾਂ ਜੋਤੀ ਇੱਥੇ ਵੀ ਚੱਲਣ ਡਿਆ। ਤੁਹਾਨੂੰ ਭੁਲੇਖਾ ਨੀ ਪੈਂਦਾ ਜਦੋਂ ਤੁਹਾਨੂੰ ਆਵਾਜ਼ ਮਾਰਦੀ ਹੈ ਜਾਂ ਦੋਵੇਂ ਜਣੇ ਜਵਾਬ ਦਿਓ? ਨਹੀਂ, ਮੇਰੀ ਸਾਸੂ ਮਾਂ ਜੋਤਾ ਕਹਿ ਲੈਂਦੇ ਨੇ ਇਹਨਾਂ ਨੂੰ, ਮੈਨੂੰ ਜੋਤੀ ਕਹਿ ਲੈਂਦੇ। ਠੀਕ ਆ, ਮਤਲਬ ਥੋੜਾ ਥੋੜਾ ਫਰਕ ਪਾ ਲਿਆ। ਹਾਂਜੀ, ਨਹੀਂ ਤੇ ਮੋਸਟਲੀ ਕੁੜੀਆਂ ਦੇ ਨਾਮ ਬਦਲੇ ਜਾਂਦੇ ਆ, ਹਨਾ। ਇੱਥੇ ਵੀਰ ਜੀ ਦਾ ਬਦਲਦਾ? ਇੱਥੇ ਨਹੀਂ ਬਦਲਿਆ ਕੋਈ। ਹਾਂ, ਇੱਥੇ ਵੈਸੇ ਤੇ ਹੁਣ ਦੱਸੋ ਸਰੋਤਿਆਂ ਨੂੰ ਕਿ ਜਿਹੜੇ ਤੁਹਾਡੇ ਪਿੰਡ ਦਾ ਨਾਮ ਕੀ ਹੈ? ਇਹ ਪੇਕਿਆਂ ਦਾ ਪਿੰਡ ਨਹੀਂ, ਇੱਧਰ ਸਹੁਰਿਆਂ ਦਾ। ਸਹੁਰਿਆਂ ਦਾ ਭਾਂਬੜੀ। ਭਾਮ ਤੇ ਭਾਂਬੜੀ ਕਰਕੇ ਹੀ ਵੱਜਦਾ ਵਾ ਸਾਡੇ ਪਿੰਡਾਂ ਦੇ ਨਾਂ, ਪਰ ਇਹ ਆ ਕਿ ਹੈਗਾ ਫਰਕ ਵਾ ਇਹਨਾਂ ਦੇ ਵਿੱਚ। ਹਾਂਜੀ, ਥੋੜਾ ਜਿਹਾ ਫਰਕ ਵਾ, 1.5-2 ਕਿਲੋਮੀਟਰ ਦਾ। ਤੇ ਪੇਕਿਆਂ ਵਾਲਾ ਪਿੰਡ ਕਿਹੜਾ? ਪੇਕੇ ਬਟਾਲੇ ਦੇ ਲਾਗੇ, ਕੋਟ ਕਰਮਚੰਦ ਪਿੰਡ। ਠੀਕ ਹੈ। ਤੇ ਤੁਹਾਡੀ ਫੈਮਿਲੀ ਦੇ ਵਿੱਚ, ਪੇਕਿਆਂ ਦੀ ਫੈਮਿਲੀ ਦੇ ਵਿੱਚ ਕੌਣ ਕੌਣ ਆ? ਪੇਕਿਆਂ ਦੀ ਫੈਮਿਲੀ 'ਚ ਅਸੀਂ, ਮੇਰੇ ਮੰਮੀ ਡੈਡੀ, ਅਸੀਂ ਚਾਰ ਸਿਸਟਰਾਂ ਹੀ ਆ, ਭੈਣਾਂ ਹੀ ਆ। ਅੱਛਾ, ਭਰਾ ਮੇਰਾ ਕੋਈ ਨਹੀਂ ਹੈ। ਅਸੀਂ ਮੇਰੇ ਤੋਂ ਛੋਟਾ, ਤੇ ਉਹਦੀ ਇੱਦਾਂ ਡੈਥ, ਛੋਟੇ ਹੁੰਦਾ ਇੱਕ ਦਿਨ ਦਾ ਹੀ ਡੈਥ ਹੋ ਕੇ ਨਹੀਂ ਰਿਹਾ। ਤੇ ਹੁਣ ਅਸੀਂ ਵੀ ਚਾਰ ਭੈਣਾਂ ਹੀ ਆ, ਤੇ ਡੈਡੀ ਮੇਰੇ ਜੋਬ ਕਰਦੇ ਸੀ ਬਿਜਲੀ ਬੋਰਡ 'ਚ, ਲੋਕ ਸਿੰਘ ਰੰਧਾਵਾ ਉਹਨਾਂ ਦਾ ਨਾਂ। ਤੇ ਉਹ ਹੁਣ ਕੋਠੀ ਪਾਈ ਉੱਥੇ ਪਿੰਡ ਕੋਟ ਕਰਮਚੰਦ 'ਚ ਰਹਿਣ ਡੇ। ਇੱਧਰ ਸਹੁਰੇ ਫੈਮਿਲੀ ਦੇ ਵਿੱਚ? ਸਹੁਰੇ ਫੈਮਿਲੀ 'ਚ ਅਸੀਂ ਜੁਆਇੰਟ ਫੈਮਿਲੀ ਆ, 10 ਮੈਂਬਰ ਅਸੀਂ ਰਹਿਣ ਡੇ ਆ। ਅੱਛਾ, ਜਿਹੜੀ ਮੇਰੀ ਸਿਸਟਰ ਵਾ, ਨਾਲੇ ਮੇਰੀ ਦਰਾਣੀ ਵੀ ਆ, ਤੇ ਇਹਨਾਂ ਦਾ ਬ੍ਰਦਰ ਵਾ, ਨਾਲੇ ਮੇਰਾ ਦਿਓਰ ਆ। ਹਾਂਜੀ, ਤੇ ਉਹਦੇ ਵੀ 2 ਬੱਚੇ ਆ, ਮਨਪ੍ਰੀਤ ਦੇ ਨਾਲ 'ਚ ਉਹਦੀ ਵੀ ਗੁੜੀਆ। ਹਾਂਜੀ, ਛੋਟੀ ਜਿਹੜੀ ਅਵਨੀਤ ਵਾ ਲੈਂਦੇ ਨੇ ਆਪਾਂ, ਉਹ ਉਹਨਾਂ ਦੀ ਬੇਟੀ। ਕਰਮਨ ਉਹਨਾਂ ਦਾ ਬੇਟਾ। ਤੇ ਮੇਰਾ ਵੱਡਾ ਬੇਟਾ ਜਿਹੜਾ 18 ਸਾਲ ਦਾ, ਇੱਕ 19ਵਾਂ ਲੱਗਾ ਉਹਨੂੰ। ਮਾਂ ਦੇ ਸਾਏ ਦੇ ਵਿੱਚ ਜਿਹੜਾ ਡਾਕਟਰ ਦਾ ਰੋਲ ਪਲੇ ਕਰਦਾ ਹੈ, ਉਹ ਜੋਤੀ ਜੀ ਦਾ ਬੇਟਾ ਹੈ। ਹਾਂਜੀ, ਬੀ ਫਾਰਮੇਸੀ ਬਟਾਲੇ। ਹਾਂਜੀ, ਬੀ ਫਾਰਮੇਸੀ ਬਟਾਲੇ ਕੰਡਿਆ। ਤੇ ਛੋਟਾ ਜਿਹੜਾ ਮੇਰਾ ਬੇਟਾ, ਉਹਦੀ ਜੋਤ, ਉਹ ਅਜੇ 12 ਸਾਲ ਦਾ ਹੋਇਆ, ਤੇ ਉਹ 6th ਕਲਾਸ ਚ ਪੜ੍ਹਨ ਡਿਆ ਜੀ। ਠੀਕ ਹੈ। ਹਾਂਜੀ, ਤੇ ਜਿਹੜੇ ਇਹਨਾਂ ਦੇ ਸਹੁਰਾ ਸਾਹਿਬ ਆ, ਉਹ ਵੀ ਸਾਡੀ ਵੀਡੀਓ ਦੇ ਵਿੱਚ ਆਉਂਦੇ ਆ, ਜਿਹੜੇ ਮੇਰੇ ਪਾਪਾ ਦਾ ਰੋਲ ਅਦਾ ਕਰਦੇ ਆ, ਉਹ ਇਹਨਾਂ ਦੇ ਫਾਦਰ ਇਨ ਲਾਅ ਆ, ਤੇ ਵੀਰ ਜੀ ਦੇ ਪਾਪਾ ਆ। ਤੇ ਮੰਮੀ ਨੇ ਵੀ ਥੋੜਾ ਜਿਹਾ ਸੀ ਨਾ, ਹਾਂਜੀ, ਮੰਮੀ ਨੇ ਇਸੇ ਮਾਂ ਦੇ ਸਾਏ ਦੇ ਵਿੱਚ ਹੀ ਮਾਮੀ ਦਾ ਰੋਲ ਕਰਵਾਇਆ ਸੀ ਉਹਦੇ ਕੋਲ, ਜਦੋਂ ਮਤਲਬ ਅੰਮ੍ਰਿਤ ਬਾਰੇ ਪੁੱਛਿਆ ਗਿਆ ਸੀਗਾ ਵੀ ਅੰਮ੍ਰਿਤ ਕਿੱਥੇ ਗਈ ਆ, ਹਨਾ, ਤੇ ਤਦ ਉਹਨਾਂ ਦਾ ਸੀਨ ਆਇਆ ਸੀ। ਤੇ ਉਹਨਾਂ ਨੂੰ ਪੈਰਾਲਾਈਜ਼ ਦਾ 1 ਸਾਲ ਹੋ ਗਿਆ, ਉਹਨਾਂ ਨੂੰ ਇੱਦਾਂ ਪੈਰਾਲਾਈਜ਼ ਦਾ ਅਟੈਕ ਆਇਆ ਸੀ, ਤੇ ਵਾਕਰ ਨਾਲ ਤੁਰੇ ਫਿਰਦੇ, ਉਦਾਂ ਉਹਨਾਂ ਕੋਲ ਤੁਰਿਆ ਫਿਰਿਆ ਨਹੀਂ ਠੀਕ ਹੈ ਕਾਫੀ ਹੱਦ ਤੱਕ ਹੁਣ ਤੱਕ। ਹਾਂਜੀ, ਤੇ ਹੋਰ ਇਹ ਦੱਸੋ ਵੀ ਤੁਹਾਡਾ ਕਿੱਤਾ ਕੀ ਆ?
ਮੈਂ ਤਾਂ ਹਾਊਸ ਵਾਈਫ ਹੀ ਆ ਪਹਿਲਾਂ ਤਾਂ ਘਰ ਦੀ ਰਾਣੀ। ਹਾਂਜੀ ਮਤਲਬ ਕਿ ਇਹ ਨਹੀਂ ਮੈਂ ਕਰਦਾ, ਮੈਂ ਸਾਰਾ ਕੰਮ ਡੰਗਰਾਂ ਦੀਆਂ ਮੱਝਾਂ ਦੀਆਂ ਧਾਰਾਂ ਤੱਕ ਚੋ ਲੈਂਦੀ, ਇਹ ਵੀ ਕੰਮ ਮੈਂ ਕਰ ਲੈਂਦੀ। ਮੈਨੂੰ ਪਤਾ ਹੁੰਦਾ ਤੇ ਫਿਰ ਮੈਂ ਆਉਣਾ ਹੀ ਨੀ ਸੀ। ਚਲੋ ਕਈ ਕਹਿ ਦਿੰਦੇ ਆ, ਚਲੋ ਮੈਂ ਇਹਨਾਂ ਦੇ ਮੁਕਾਬਲੇ ਕੁਛ ਵੀ ਨੀ ਆ, ਚਾਚੇ ਤਾਏ ਨੇ ਕੁੜੀਆਂ ਕਿੰਨੀਆਂ ਵੀ ਜੋਤੀ ਤੂੰ ਚੌਲ ਦਾਨ ਕੀਤੇ ਹੋਣੇ, ਜਿਹੜਾ ਤੈਨੂੰ ਇੰਨਾ ਸੋਹਣਾ ਮੋਤੀ ਪਨ ਕੀਤੇ ਹੋਣੇ ਹਨਾ, ਚੌਲ ਤੇ ਰਹਿ ਗਏ ਸਸਤੇ ਜਿੱਤੇ। ਫਿਰ ਮੈਂ ਕਿਹਾ ਚਲੋ ਸੰਜੋਗ ਹੁੰਦੇ ਹਨਾ, ਚਲੋ ਉਹ ਵੀ ਰਿਸ਼ਤਾ ਵੀ ਮਨ ਤੁਸੀਂ ਇਹ ਪੁੱਛੋਗੇ ਮੈਨੂੰ ਵੀ ਤੁਹਾਡਾ ਰਿਸ਼ਤਾ ਕਿਸ ਤਰ੍ਹਾਂ, ਚਲੋ ਦੱਸ ਹੀ ਦੋ ਹੁਣ। ਰਿਸ਼ਤਾ ਮੇਰਾ ਇਸ ਤਰ੍ਹਾਂ ਵੀ ਇੱਧਰ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਸੀ, ਇਹਨਾਂ ਦੀ ਜਿਹੜੀ ਭੂਆ ਸੀ ਨਾ ਉਹ ਸਾਡੇ ਲਾਗੇ ਪਿੰਡ ਉੱਚਾ ਜਿਹਾ ਪਿੰਡ ਨਾਲ ਹੀ, ਉੱਥੇ ਇਹਨਾਂ ਦੇ ਫੁੱਫੜ ਨੇ ਰੋਜ਼ ਹੀ ਆ ਜਾਣਾ ਸਾਡੇ ਘਰ, ਤੇ ਅਸੀਂ ਜਿੱਦਾਂ ਮਜ਼ਾਕ ਕਰਨਾ ਅਸੀਂ ਕਹਿਣਾ ਇਹਨੂੰ ਚਾਹ ਨਹੀਂ ਮਿਲਦੀ ਇਹ ਰੋਜ਼ ਆ ਜਾਂਦੇ ਆ। ਸਾਡੇ ਪਰਿਵਾਰ ਚ 12 ਕੁੜੀਆਂ ਸੀ ਤੇ ਉਹਨਾਂ ਮਤਲਬ ਹੋਰ ਵੀ ਕੁੜੀਆਂ ਦੇ ਦੱਸ ਪਈ, ਤੇ ਮੇਰੀ ਵੱਡੀ ਸਿਸਟਰ ਜਿਹੜੇ ਉਹ ਡਰੈਸ ਟ੍ਰੇਨਿੰਗ ਦਾ ਡਿਪਲੋਮਾ ਕਰਦੀ, ਉਹ ਕਹਿੰਦੇ ਵੀ ਤੁਸੀਂ ਜੋਤੀ ਦਾ ਰਿਸ਼ਤਾ ਕਰ ਲਓ ਪਹਿਲਾਂ। ਫਿਰ ਇਸ ਤਰ੍ਹਾਂ ਮੇਰਾ ਮਤਲਬ ਰਿਸ਼ਤਾ ਪਹਿਲਾਂ ਹੋਇਆ। ਅੱਛਾ ਮਤਲਬ ਵੱਡੀ ਭੈਣ ਤੋਂ ਪਹਿਲਾਂ? ਹਾਂਜੀ ਮੇਰੀ ਮੈਰਿਜ ਪਹਿਲਾਂ ਹੋਈ। ਸੰਜੋਗ ਵਾਲੇ ਇਹਨਾਂ ਦੇ ਇਹ ਵੀ ਹਾਂਜੀ ਹਾਂਜੀ 10 ਦਿਨ ਦੇ ਅੰਦਰ ਇਹਨਾਂ ਪੂਰੀ ਤਿਆਰੀ ਕੀਤੀ ਸੀ ਵੀ ਡੈਡੀ ਬਾਹਰੋਂ ਆਏ ਸੀ ਉਦੋਂ ਮਸਕਟ ਤੋਂ, ਤੇ ਡੈਡੀ ਹੋਣਾ ਕਿਹਾ ਵੀ ਅਸੀਂ ਤਾਂ ਵੀ ਚੁੰਨੀ ਚੜਾਈ ਕਰਨਾ, ਤੇ ਮੇਰੇ ਪਾਪਾ ਨੇ ਉਧਰੋਂ ਕਿਹਾ ਵੀ ਡੈਡੀ ਮੇਰੇ ਨੇ ਵੀ ਅਸੀਂ ਪਹਿਲਾਂ ਵਿਆਹ ਕਰਨਾ ਵੀ ਅਸੀਂ ਇਸ ਤਰ੍ਹਾਂ ਨੀ ਪਹਿਲਾਂ ਵਿਆਹ ਕਰਨਾ, ਇਹਨਾਂ ਇਧਰੋਂ ਪੇਂਟ ਵੀ ਆਪਣੇ ਘਰ ਕਰਿਆ ਸਾਡੇ ਘਰ ਉਧਰ ਕੁਛ ਨੀ ਵੀ ਮੰਨਣਾ। 10 ਦਿਨ ਚ ਪੂਰੇ 10 ਦਿਨ ਚ ਐਂ ਤਿਆਰੀ, ਤੇ ਵਿਆਹ ਵੀ ਮੇਰਾ ਪੈਲਸ ਚ ਉਹਨਾਂ ਕੀਤਾ, ਤੇ ਇਹਨਾਂ 10 ਦਿਨਾਂ ਦੇ ਅੰਦਰ ਸਾਡੀ ਮੈਰਿਜ ਹੋਈ। ਔਰ ਸਾਡੀ ਕੋਈ ਇੱਧਰ ਰਿਸ਼ਤੇਦਾਰੀ ਵੀ ਨੀ। ਉਹ ਇਹਨਾਂ ਸੰਜੋਗ ਜਿਹੜੇ ਜ਼ੋਰਾਵਰ ਹੁੰਦੇ ਆ। ਹਾਂਜੀ ਹਾਂਜੀ ਤੇ ਹੁਣ ਵੀਰ ਜੀ ਦੱਸਣਗੇ ਵੀ ਇਹਨਾਂ ਦਾ ਕੀ ਕੀਤਾ ਆ। ਮੇਰਾ ਕਲੀਨਿਕ ਆ ਜੀ, ਮੈਂ ਡਾਕਟਰ ਆ। ਹਾਂਜੀ ਬੜੀ ਕਿਰਪਾ ਜੀ ਮਾਲਕ ਦੀ ਚੜ੍ਹਦੀ ਕਲਾ। ਹਾਂਜੀ ਹਾਂਜੀ ਘਰੇ ਬੈਠੇ ਜਦੋਂ ਲੋਕ ਫੋਨ ਕਰਦੇ ਆ ਵੀਰ ਜੀ ਨੂੰ, ਵੀਰ ਜੀ ਫੱਟ ਪਹੁੰਚ ਜਾਂਦੇ ਆ ਤੇ ਬੜਾ ਵੱਡਾ ਸਹਾਰਾ ਮਿਲਦਾ, ਨਹੀਂ ਤੇ ਆਮ ਕਰਕੇ ਵੀਰ ਜੀ ਨਹੀਂ ਕੋਈ ਅੱਜ ਕੱਲ ਨਾ ਪ੍ਰੈਫਰ ਨਹੀਂ ਕਰਦਾ ਜਾਣ ਨੂੰ। ਪਰ ਮੈਂ ਉੱਥੇ ਜਾਂਦੀ ਤੇ ਸਾਰੇ ਭੈਣ ਭਰਾ ਕਹਿ ਦੇਣਗੇ ਵੀ ਜੋਤੀ ਜੀ ਦਾ ਹਸਬੈਂਡ ਕਿਉਂ ਨਹੀਂ ਵੀਡੀਓ 'ਚ ਆਉਂਦੇ, ਇਹਨਾਂ ਦਾ 1 ਮਿੰਟ ਦਾ ਟਾਈਮ ਨਹੀਂ ਹੈਗਾ। ਕਈ ਵਾਰੀ ਰੋਟੀ ਖਾਣ ਡੇ ਹੁੰਦੇ ਆ ਉੱਥੇ ਛੱਡ ਕੇ ਚਲੇ ਜਾਂਦੇ ਆ ਵੀ। ਬਾਕੀ ਜਿੱਦਾਂ ਕੋਵਿਡ-19 ਦੇ ਵਿੱਚ ਆਈ, ਕੋਵਿਡ-19 ਆਈ ਨਾ ਜਦੋਂ ਕੋਰੋਨਾ ਆਇਆ ਸੀ, ਜੇ ਮੰਨ ਲਓ ਉਹਦਾ ਕਿੰਨਾ ਹੀ ਡਾਕਟਰਾਂ ਪਿੰਡਾਂ ਦੇ ਡਾਕਟਰਾਂ ਨੇ ਕਿੰਨਾ ਸਾਥ ਦਿੱਤਾ। ਹਾਂਜੀ ਹਾਂਜੀ ਜੇ ਕੁਝ ਨਾ ਆਏ ਵੀ ਹਾਂਜੀ ਨਹੀਂ ਵੀ ਇਨਸਾਫ ਨਾ ਆਉਂਦੇ ਤੇ ਕਾਫੀ ਹੱਦ ਤੱਕ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਸੀਗਾ। ਇਹੋ ਜਿਹੀ ਗੱਲਾਂ ਚ ਬਾਕੀ ਮਾਲਕ ਚੜ੍ਹਦੀ ਕਲਾ ਕਰੇ। ਹਾਂ ਬਾਕੀ ਹੁਣ ਇਹ ਥੋੜਾ ਕਿ ਹਰ ਇੱਕ ਨੇ ਹਸਪੀਟਲ ਚ ਜਾਣਾ ਵਾ, ਇਹ ਵੀ ਬਹੁਤ ਵਧੀਆ ਕਿਉਂਕਿ ਪਿੰਡਾਂ ਦੇ ਲੋਕ ਨਿੱਕੀ ਮੋਟੀ ਬਿਮਾਰੀ ਜਿਹੜੀ ਕਰੋਨਾ ਤੋਂ ਡਾਕਟਰ ਵੀ ਕਰਦੇ ਸੀ। ਹਾਂਜੀ ਉਹ ਤਾਂ ਵੱਡੇ ਵੱਡੇ ਡਾਕਟਰ ਜਿਹੜੇ ਸਾਥ ਛੱਡ ਗਏ। ਹਾਂਜੀ ਹਨਾ ਉਦੋਂ ਜਿਹੜੇ ਪਿੰਡਾਂ ਦੇ ਡਾਕਟਰ ਸੀ ਬੈਠੇ, ਚਲੋ ਚੰਗੇ ਆ ਮਾੜੇ ਆ ਜੋ ਵੀ ਆ। ਹਾਂਜੀ ਤੇ ਇਹਨਾਂ ਕਾਫੀ ਹੱਦ ਤੱਕ ਲੋਕਾਂ ਦਾ ਸਾਥ ਦਿੱਤਾ। ਨਹੀਂ ਮੈਂ ਤਾਂ ਕਹਿੰਦੀ ਆ ਕਿ ਜਿਹੜੇ ਪਿੰਡਾਂ ਵਾਲੇ ਡਾਕਟਰ ਵਾ ਨਾ, ਸਾਡੇ ਪਿੰਡਾਂ ਵਾਲੇ ਲੋਕਾਂ ਲਈ ਇਹੀ ਮਸੀਹਾ ਵਾ, ਕਿਉਂਕਿ ਹੁਣ ਜਿੱਦਾਂ ਖੰਘ ਜ਼ੁਕਾਮ ਹੋ ਗਿਆ ਇਹ ਥੋੜਾ ਆਪਾਂ ਹੋਸਪਿਟਲ ਜਾਵਾਂਗੇ, ਅਬਲ ਤੇ ਸਰੀਰ ਹੀ ਨਹੀਂ ਕੰਮ ਕਰਨ ਡਿਆ ਹੁੰਦਾ, ਬੁਖਾਰ ਹੁੰਦਾ ਵਾ ਝੱਟ ਹੀ ਜਾ ਕੇ ਇਹਨਾਂ ਕੋਲ, ਤੇ ਵਧੀਆ ਵਾ ਕਿਉਂਕਿ ਅੱਜ ਤੱਕ ਇਹ ਤਾਂ ਕਦੀ ਸੁਣਿਆ ਨੀ ਵੀ ਕਿਸੇ ਨੂੰ ਨੁਕਸਾਨ ਵੀ ਹੋਇਆ ਵਾ ਇਹਨਾਂ ਕੋਲ। ਤੇ ਬਾਕੀ ਜਿੱਥੇ ਵੱਡੀ ਬਿਮਾਰੀ ਹੋ ਤੇ ਤੁਹਾਨੂੰ ਪਤਾ ਵੱਡੇ ਹੋਸਪਿਟਲ ਜਾਣਾ ਹੀ ਪੈਣਾ, ਉਹ ਤੇ ਪਹਿਲਾਂ ਹਰ ਇੱਕ ਡਾਕਟਰ ਹੀ ਜਵਾਬ ਦੇ ਦਿੰਦਾ ਵਾ ਵੀ ਮੇਰੇ ਕੋਲ ਨਹੀਂ ਇਲਾਜ ਹੈਗਾ ਤੁਸੀਂ ਚਲ ਜਾਓ, ਲਾਲਚ ਤੇ ਕਿਸੇ ਨੂੰ ਨੀ ਹੈਗਾ। ਬਿਲਕੁਲ ਬਿਲਕੁਲ
ਤੇ ਬਹੁਤ ਵਧੀਆ ਵਾ। ਜਦੋਂ ਵੀ ਆਪਾਂ ਜਾਈਦਾ ਵਾ ਵੀਰ ਜੀ ਬਸ ਹਮੇਸ਼ਾ ਹੀ ਆਪਣੀ ਸੇਵਾ ਤੇ ਤੁਰੇ ਹੁੰਦੇ ਆ। ਹਾਂਜੀ ਹਾਂਜੀ ਇਹ ਤੇ ਬਾਕੀ ਵਾ ਕਿ ਨੀਂਦ ਰੋਟੀ ਵੀ ਇਹਨਾਂ ਪੈਂਦਾ 1 ਵਜੇ ਖਾਣੀ ਹੁੰਦੀ। ਹਾਂ ਤੇ ਰਾਤ ਦੀ ਰੋਟੀ 11:30 ਸੇਵਾ ਲਾਈ ਪਰਮਾਤਮਾ ਨੇ। ਹਾਂ ਜੀ ਬਿਲਕੁਲ ਜੀ। ਤੇ ਤੁਹਾਡਾ ਨਹੀਂ ਜੀ ਕਰਦਾ ਵੀ ਤੁਸੀਂ ਵੀਡੀਓ ਦੇ ਵਿੱਚ ਆਓ? ਵੀਡੀਓ ਚ ਫ੍ਰੀ ਫਿਰ ਤੁਹਾਨੂੰ ਪਤਾ ਫ੍ਰੀ ਹੋਵਾਂਗੇ ਫ੍ਰੀ ਆਵਾਂਗੇ ਫ੍ਰੀ ਤੇ ਫਿਰ ਕਿਸ ਟਾਈਮ। ਕਈ ਵਾਰੀ ਮੈਂ ਕੈਮਰਾ ਘੁਮਾਉਂਦੀ ਨਹੀਂ ਵੀਰ ਜੀ, ਮੈਂ ਲੱਗੀ ਜੇ ਚੁੱਕਣ ਤੁਹਾਡਾ ਸੀਨ ਵੀਰ ਜੀ, ਬਸ ਦੌੜ ਹੀ ਜਾਂਦੇ ਮੈਂ ਚੱਲਾ। ਨਹੀਂ ਇੱਕ ਦਿਨ ਤੁਸੀਂ ਲਿਆ ਵੀ ਸੀ ਵੀਡੀਓ? ਹਾਂ ਇੱਕ ਦਿਨ ਵੀਡੀਓ ਦੇ ਵਿੱਚ, ਉਹ ਵੀ ਉਸ ਦਿਨ ਬਸ ਚੱਲੇ ਹੀਗੇ ਤੇ ਮੈਂ ਪਿੱਛੋਂ ਹੀ ਵੀਰ ਜੀ ਨੂੰ ਨਹੀਂ ਪਤਾ ਕਿ ਮੇਰਾ ਸੀਨ ਵੀ ਲੈ ਲਿਆ ਵਾ, ਇਹਨੇ ਚੁੱਕ ਲਿਆ ਵਾ ਤੇ ਫਿਰ ਮੈਂ ਦੀਦੀ ਕੋ ਐਕਟ ਕਰਵਾ ਲਿਆ ਕਿ ਤੁਸੀਂ ਆਵਾਜ਼ ਮਾਰੋ ਉਹਨਾਂ ਨੂੰ। ਮੈਂ ਫਿਰ ਪਰ ਉਹ ਥੋੜਾ ਅਭੀ ਪਾਪਾ ਕਿਹਾ ਤੇ ਚੱਲ ਗਈ ਇੱਕ ਦਿਨ ਤੇ ਮੈਨੂੰ ਸਭ ਕਿਸੇ ਜਨਾਨੀ ਨੇ ਕਿਹਾ ਵੀ ਤੂੰ ਡਾਕਟਰ ਸਾਹਿਬ ਜਾਣ ਡਿਆ ਤੇ ਪਿੱਛੋਂ ਆਵਾਜ਼ ਕਿਉਂ ਮਾਰੀ। ਮੈਂ ਉਹਨੂੰ ਬਾਅਦ ਚ ਹਾਸੇ ਨੇ ਕਿਹਾ ਤੇ ਮੈਂ ਬਾਅਦ ਚ ਦੱਸਾਂਗੀ ਤੈਨੂੰ, ਉਹ ਨਾਟਕ ਦਾ ਇੱਕ ਸੀਨ ਹੀ ਲਿਆ ਨਾ ਕਹਿੰਦੇ ਠੀਕ ਆ। ਮੈਂ ਉਹਨਾਂ ਨੂੰ ਨਹੀਂ ਪਤਾ ਵੀ ਵੀਡੀਓ ਸ਼ੂਟ ਕਰਨ ਦੀ ਮੰਤਰੀ ਦਾ। ਤੇ ਇਹ ਦੱਸੋ ਵੀ ਤੁਹਾਡਾ ਤੇ ਮੇਰਾ ਕੀ ਰਿਸ਼ਤਾ ਵਾ? ਇਹ ਵੀ ਸਾਰਿਆਂ ਦਾ ਸਵਾਲ ਵਾ ਵੀ ਸਾਨੂੰ ਦੱਸਿਆ ਜਾਵੇ ਵੀ ਕੀ ਰਿਸ਼ਤਾ ਤੁਹਾਡਾ। ਹਾਂਜੀ ਇਹ ਮੈਂ ਗੱਲ ਦੱਸਦੀ ਤੁਹਾਨੂੰ ਵੀ ਮੇਰਾ ਜਿਹੜਾ ਇਹਨਾਂ ਦਾ ਚਾਚਾ ਜੀ ਦਾ ਬੇਟਾ ਸਾਹਿਬ, ਹਾਂਜੀ, ਤੇ ਮਨਜੋਤ ਭਾਜੀ ਉਹਦੇ ਉਸਤਾਦ ਨੇ ਕਬੱਡੀ ਦੇ, ਤੇ ਪਿਛਲੀ ਮੇਲੇ ਤੇ 1 ਸਾਲ ਹੋ ਗਿਆ, ਮਾਰਚ ਦੇ ਮਹੀਨੇ ਸਾਡੇ ਪਿੰਡ ਮੇਲਾ ਹੁੰਦਾ, ਉੱਥੇ ਗਏ ਸੀ ਪਿੰਡ ਤੇ ਮੈਂ ਇਸ ਤਰ੍ਹਾਂ ਸਬਜ਼ੀ ਫੜਾਉਣੀ ਕੰਨ ਤੇ ਚੜੀ ਸੀ। ਸਬਜ਼ੀ ਦੇ ਜਿਹੜੇ ਇਹਨਾਂ ਦੇ ਘਰ ਵੱਲ ਨਾ ਪੌੜੀਆਂ ਵਾ ਤੇ ਸਾਹਿਬ ਕੇ ਘਰ ਦਾ ਚੌਂਕਾ ਵਾ, ਉੱਥੇ ਬੜੀਆਂ ਵੀਡੀਓ ਦੇ ਵਿੱਚ ਅਸੀਂ ਉੱਧਰ ਇੱਧਰ ਝਾਤੀ ਮਾਰਦਿਆਂ ਦੇ ਸੀਨ ਚੁੱਕੇ ਆ। ਮੈਂ ਫਿਰ ਜਦੋਂ ਸਬਜ਼ੀ ਦੀ ਮੈਂ ਥਾਂ ਹੋ ਗਈ, ਮੈਨੂੰ ਲੱਗਾ ਵੀ ਕੋਈ ਆਇਆ ਇਹਨਾਂ ਦੇ ਘਰ, ਕੋਈ ਗੈਸਟ ਆਇਆ ਵੀ ਸਾਹਿਬ ਦਾ ਕੋਈ ਦੋਸਤ, ਉਹਦੇ ਨਾਲ ਵਾਈਫ, ਮੈਨੂੰ ਨਹੀਂ ਪਤਾ ਵੀ ਇਹ ਮਨਪ੍ਰੀਤ ਵੀਡੀਓ ਸ਼ੂਟ ਕਰਦੀ ਆ। ਉਹ ਦੇਖੇ 1-2 ਨਾਟਕ ਮੈਂ ਵੇਖੇ ਇਹਦੇ, ਇੰਨਾ ਮੇਰਾ ਇੰਟਰਸਟ ਨਹੀਂ ਨਾਟਕਾਂ 'ਚ, ਨਾ ਫੋਨ 'ਚ ਨਾ ਨਾਟਕਾਂ 'ਚ ਮੇਰਾ। ਤੇ ਮੈਨੂੰ ਉਹਨੇ ਚਲੋ ਇੰਨਾ ਕਿਹਾ ਵੀ ਤੁਹਾਡੇ ਦਾ ਕੰਧ ਦਾ ਚੌਂਕੇ ਦਾ ਸੀਨ ਬੜਾ ਵਧੀਆ ਵਾ, ਮੈਂ ਫਿਰ ਸਬਜ਼ੀ ਫੜਾ ਕੇ ਠਾਂ ਹੋ ਗਈ। ਫਿਰ ਉਹਨੇ ਸਾਹਿਬ ਨੇ ਵੀ ਕਿਹਾ ਵੀ ਮੇਰੀ ਭਾਬੀ ਨੂੰ ਵੀ ਥੋੜ੍ਹਾ ਸ਼ੌਂਕ ਆ ਤੇ ਤੁਸੀਂ ਮਨਪ੍ਰੀਤ ਭਾਬੀ ਤੁਸੀਂ ਨਾਟਕ ਬਣਾਉਣਾ। ਇਹਨਾਂ ਨੇ ਪਹਿਲਾਂ ਨਾਟਕ ਪਿੰਡ ਦੀ ਡਾਕ ਉੱਤੇ ਸਟਾਰਟ ਕੀਤਾ। ਮੈਨੂੰ ਨਾ ਉੱਥੇ ਜਦੋਂ ਮੈਂ ਗਈ ਮੈਂ ਮਨਜੋਤ ਨੂੰ ਬੜਾ ਕਹਿਣਾ ਵੀ ਮਨਜੋਤ ਸਾਹਿਬ ਹਰ ਵਾਰੀ ਕਹਿ ਕੇ ਜਾਂਦਾ ਵਾ ਵੀ ਭਾਬੀ ਜੀ ਆਇਓ ਘਰ ਨੂੰ ਵੀ ਤੁਸੀਂ ਮੈਨੂੰ ਲੈ ਕੇ ਨਹੀਂ ਜਾਂਦੇ ਹਨਾ, ਤੇ ਲਵ ਕੇ ਘਰ ਸਗੋਂ ਜਾ ਆਉਣਾ ਵੀ ਲਵਜੋਤ ਦੇ ਨਾਲ ਦੋਸਤੀ ਹੈਗੀ ਹਨਾ, ਉਹਨੇ ਕਹਿਣਾ ਵੀ ਆਜੋ ਤੇ ਉੱਥੇ ਜਾ ਆਉਣਾ ਤੇ ਸਾਹਿਬ ਕੇ ਘਰੇ ਅਜੇ ਨਹੀਂ ਉਹਦੀ ਮੈਰਿਜ ਹੋਈ ਤੇ ਇਸੇ ਕਰਕੇ ਹਨਾ ਵੀ ਉੱਧਰ ਆਉਣ ਜਾਣੀ ਹੀ ਹੈਗਾ। ਫਿਰ ਅਸੀਂ ਮੇਲੇ ਤੇ ਜਦੋਂ ਗਏ ਤੇ ਸਾਹਿਬ ਨੇ ਮਾੜਾ ਜਿਹਾ ਕਿਹਾ ਵੀ ਭਾਬੀ ਜਾਣਾ ਵਾ ਘਰ, ਮੈਂ ਕਿਹਾ ਇਹਨਾਂ ਨੂੰ ਕਹਿ ਲੈ ਕੇ ਜਾਣਾ ਨੂੰ ਹਨਾ, ਮੈਂ ਤਾਂ ਪਹਿਲਾਂ ਹੀ ਤਿਆਰ ਹੁੰਦੀ ਹਾਂ ਘੁੰਮਣ ਫਿਰਨ ਦੀ ਬੜੀ ਸ਼ੌਕੀਨ ਆ। ਤੇ ਫਿਰ ਅਸੀਂ ਗਏ ਨਾ ਜਦੋਂ ਤੇ ਮੈਨੂੰ ਬੜਾ ਵਧੀਆ ਮਾਹੌਲ ਜਿਹਾ ਲੱਗਿਆ, ਇੱਦਾਂ ਜਦੋਂ ਉਹ ਉੱਥੇ ਕਿ ਜੇ ਉਹ ਗਲੀ ਖਤਮ ਹੋ ਜਾਂਦੀ ਨਾ ਬਹੁਤ ਵਧੀਆ ਲੱਗਦਾ ਵਾ। ਤੇ ਮੈਂ ਹਾਂ ਮੰਜੂ ਤੇ ਇੱਥੇ ਤੇ ਮਾਹੌਲ ਹੀ ਬੜਾ ਸੋਹਣਾ ਵਾ, ਕਿੰਨਾ ਵਧੀਆ ਪਿੰਡ ਜੇ ਦਾ ਵੀ ਆ ਜਾਂਦਾ ਵਾ ਤੇ ਸਾਡੀ ਵੀਡੀਓ ਦੇ ਵਿੱਚ ਇੱਦਾਂ ਦਾ ਤੇ ਮਾਹੌਲ ਆਉਣ ਹੀ ਨਹੀਂ ਰਿਹਾ। ਤੇ ਮੈਨੂੰ ਤਾਂ ਕਹਿੰਦੇ ਇੱਥੇ ਤੇ ਕੋਈ ਵੀ ਐਕਟ ਨਹੀਂ ਕਰਦਾ, ਮੈਂ ਕਿਹਾ ਕੋਈ ਨਹੀਂ ਮੈਂ ਇੱਥੇ ਇੱਕ ਸ਼ੁਰੂ ਕਰ ਲੈਂਦੇ ਵੇਖੀ ਮੈਂ ਐਕਟ ਕਰਾਉਂਦੀ ਸਾਰਿਆਂ ਕੋਲ। ਉਹੀ ਗੱਲ ਹੋਈ ਹੁਣ ਅੱਧੇ ਅੱਧ ਗਲੀ ਜਿਹੜੀ ਉਹ ਸਾਰੀ ਐਕਟ ਕਰਦੀ ਆ ਸਾਡੇ ਨਾਲ ਹਨਾ, ਤੇ ਸਾਰਿਆਂ ਦੇ ਰੋਲ ਵੀ ਬੜੇ ਵਧੀਆ ਹੋ ਗਏ ਆ ਹੁਣ ਹਨਾ। ਹਾਂਜੀ ਨਹੀਂ ਤੇ ਰੋਟੀ ਖਾ ਲਈ ਪਕਾ ਲਈ ਹੋਰ ਕੋਈ ਸਾਨੂੰ ਨਹੀਂ ਮਤਲਬ। ਤੇ ਮੈਂ ਫੋਨ ਚ ਹੋਣ ਸਗੋਂ ਮੈਂ ਸਗੋਂ ਇਹ ਜਾਂਦੀ ਜਦੋਂ ਦਵਾਈ ਦੇਣ ਮੈਂ ਦਵਾ ਦਾ ਆਪਣਾ ਸੀਨ ਵੀ ਕਿੱਥੇ ਮੈਨੂੰ ਕਮੀ ਲੱਗਦੀ ਹੈ। ਹਾਂਜੀ ਮੈਂ ਦਵਾ ਦਾ ਆਪਣਾ ਵੇਹਨੀ ਵੀਡੀਓ ਜਿਹੜੀ ਪਾਈ ਹੁੰਦੀ ਮੈਂ ਆਪਣੇ ਸੀਨ ਵੇਹਨੀ ਹੈ। ਇਹ ਵੀਡੀਓ ਦੇ ਵਿੱਚ ਨਾ ਇੰਟਰਸਟ ਹੋਣ ਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਦੀਦੀ ਨੇ ਫੋਨ ਨਹੀਂ ਰੱਖਿਆ, ਅਜੇ ਤੱਕ ਫੋਨ ਨਹੀਂ ਹੈਗਾ ਇਹਨਾਂ ਦੇ ਕੋਲ, ਤੇ ਇਸ ਲਈ ਇਹ ਵੇਂਦੇ ਨਹੀਂ ਹੈਗੇ। ਪਰ ਇਹਨਾਂ ਦੇ ਜਿੱਦਾਂ ਕਹਿੰਦੇ ਵੀ ਫਿਲਮਾਂ ਫੁਲਮਾਂ ਵੇਖਦੇ ਨਹੀਂ ਨਾ, ਤੇ ਮੇਰਾ ਜੀ ਕਰਦਾ ਹੁੰਦਾ ਸੀਗਾ ਕਿ ਮੈਂ ਕਰ ਸਕਦੀ ਹਾਂ ਐਕਟਿੰਗ। ਇਹ ਜਿਹਦੇ ਅੰਦਰ ਥੋੜਾ ਜਿਹਾ ਕੀੜਾ ਹੁੰਦਾ ਨਾ ਉਹਦਾ ਹੀ ਬਾਹਰ ਆਉਂਦਾ ਵਾ, ਨਹੀਂ ਤੇ ਉਦਾਂ ਵੀ ਮੈਨੂੰ ਸਭ ਕਹਿੰਦੇ ਕਹਿੰਦੇ ਤੂੰ ਵੀ ਜਾਣਾ, ਮੈਂ ਕਿਹਾ ਮੈਂ ਵੀਡੀਓ ਚ ਪਾ ਲੈਣਾ ਤੇ ਫਿਰ ਮੈਂ ਆ ਗਈ ਵਿੱਚ ਵੀਡੀਓ ਦੇ। ਚਲੋ ਹੁਣ ਤੁਸੀਂ ਮੈਨੂੰ ਬੜਾ ਪਸੰਦ ਕੀਤਾ ਮਾਣ ਦਿੱਤਾ ਵੀ ਕੋਈ ਜੋਤੀ ਨੂੰ ਜਾਣਦਾ ਨਹੀਂ, ਮਨਪ੍ਰੀਤ ਦੇ ਥਰੂ ਸਾਰੇ ਤੁਸੀਂ ਮੈਨੂੰ ਜਾਣਨ ਲੱਗੇ,
ਨਹੀਂ ਤੇ ਮੈਨੂੰ ਕੋਈ ਤੇ ਦੀਦੀ ਨੇ ਮੈਂ ਜਦੋਂ ਕਿਹਾ ਮੈਂ ਕਿਹਾ ਦੀਦੀ ਨੈਗੇਟਿਵ ਰੋਲ ਕਰਨਾ, ਕਹਿੰਦੇ ਨਾ ਗਾਲਾਂ ਬੜੀਆਂ ਪੈਣੀਆਂ ਆਈਆਂ। ਮੈਂ ਕਿਹਾ ਕੋਈ ਗੱਲ ਨਹੀਂ, ਦੋ ਚਾਰ ਗਾਲਾਂ ਪੈਣੀਆਂ, ਪਰ ਜਿਹੜਾ ਨੈਗੇਟਿਵ ਰੋਲ ਦੇ ਵਿੱਚ ਬੰਦਾ ਫੇਮਸ ਹੋ ਜਾਂਦਾ ਵਾ ਨਾ, ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ। ਤੇ ਬਾਕੀ ਇਹ ਵੀ ਦੀਦੀ ਨੇ ਬੜਾ ਵਧੀਆ ਨੈਗੇਟਿਵ ਰੋਲ ਕੀਤਾ, ਤੇ ਹੁਣ ਵੀ ਤੁਸੀਂ ਇਹਨਾਂ ਨੂੰ ਜ਼ਿਆਦਾ ਨੈਗੇਟਿਵ ਰੋਲ ਦੇ ਵਿੱਚ ਹੀ ਪਸੰਦ ਕਰਦੇ ਜੇ। ਫੇਰ ਨਹੀਂ ਬਾਅਦ ਵਿੱਚ ਦੀਦੀ ਨੇ ਪਰਵਾਹ ਕੀਤੀ ਵੀ ਜਾਂ ਕਿੱਦਾਂ ਦਾ ਵਾ ਕਿੱਦਾਂ ਦਾ ਨਹੀਂ, ਬਸ ਮੈਂ ਜਾ ਕੇ ਦੱਸਣਾ ਹੁੰਦਾ ਦੀਦੀ ਇੱਦਾਂ ਦੀਦੀ ਨੇ ਚਾਰ ਵੱਧ ਲਾ ਕੇ ਆਪਣੇ ਕੋਲੋਂ ਕਰਨੀਆਂ ਹੁੰਦੀਆਂ। ਮਾਂ ਦੇ ਸਾਈਜ਼ ਤੁਸੀਂ ਮੈਨੂੰ ਇਹਦੀ ਮਨਪ੍ਰੀਤ ਦੀ ਵੀਡੀਓ ਨੂੰ ਬੜਾ ਪਿਆਰ ਦੇਣ ਦੇ, ਜਿਸ ਚ ਮੈਂ ਮਨਪ੍ਰੀਤ ਦੀ ਭਾਬੀ ਦਾ ਰੋਲ ਅਦਾ ਕੀਤਾ, ਤੇ ਬਾਕੀ ਉਹ ਮੇਰੇ ਸਹੁਰਾ ਸਾਹਿਬ ਨੇ ਜਿਹੜੇ ਮਨਪ੍ਰੀਤ ਦੇ ਡੈਡੀ ਬਣੇ। ਹਾਂਜੀ ਹਾਂਜੀ। ਤੇ ਚਲੋ ਵਧੀਆ ਨੇ ਵੀ ਜਦੋਂ ਚਲ ਜਾਂਦੇ ਆ ਤੇ ਬੜਾ ਵਧੀਆ ਟਾਈਮ ਪਾਸ ਵੀ ਵਧੀਆ ਹੋ ਜਾਂਦਾ। ਕੁਛ ਭਾਜੀ ਸਗੋਂ ਕਹਿੰਦੇ ਰਹਿਣਗੇ ਗੱਲਾਂ ਬਾਅਦ ਚ ਕਰ ਲਿਓ ਆਪਣਾ ਕੰਮ ਕਰੋ, ਚਲੋ ਵਧੀਆ ਟਾਈਮ ਲੰਘੀ ਜਾਣ ਡਿਆ ਜੇ, ਤੇ ਪਰਮਾਤਮਾ ਕਰਦੇ ਆ ਇਸ ਤਰ੍ਹਾਂ ਹੀ ਟਾਈਮ ਹਰ ਇੱਕ ਦਾ ਹੀ ਲੰਘੀ ਜਾਏ। ਲਗਭਗ ਸਾਲ ਡੇਢ ਸਾਲ ਹੋ ਗਿਆ ਆਪਾਂ ਨੂੰ ਹਨਾ ਜੁੜਿਆ ਨੂੰ। ਹਾਂਜੀ ਸਾਲ ਹੋ ਗਿਆ। ਹਾਂਜੀ ਇੱਕ ਸਾਲ ਹੋ ਗਿਆ। ਅਜੇ ਤੱਕ ਤੇ ਬਹੁਤ ਹੀ ਵਧੀਆ ਲੰਘਿਆ ਵਾ, ਤੇ ਗਾਂ ਵੀ ਲੰਘੂਗਾ ਇਹ ਆਪਣੇ ਤੇ। ਪਰਮਾਤਮਾ ਇਦਾਂ ਹੀ ਲਗਾਈ ਜਾਵੇ ਟਾਈਮ ਪਾਸ ਕਰੀ ਜਾਏ। ਹਾਂਜੀ ਵਧੀਆ। ਤੇ ਹੁਣ ਤੁਸੀਂ ਲੈ ਲਿਆ ਫਿਰ ਫੋਨ ਕਿ ਨਹੀਂ ਹਜੇ? ਹਾਂ ਵੀ ਤੇ ਪਾਪਾ ਨੇ ਵੀਡੀਓ ਕਰਕੇ ਮੇਰੇ ਲਈ ਲਿਆ ਉਹਦਾ ਫੋਨ। ਤੇ ਵੀਰ ਜੀ ਨੇ ਵੀ ਜਿਹੜਾ ਦੂਸਰਾ ਫੋਨ ਨਹੀਂ ਰੱਖਿਆ, ਮਤਲਬ ਟੱਚ ਨਹੀਂ ਰੱਖਿਆ, ਦੂਸਰਾ ਬਟਨਾ ਵਾਲਾ ਹੀ ਰੱਖਿਆ ਵਾ। ਮੈਂ ਅੱਗੇ ਕਹਿੰਦੀ ਹਾਂ ਵੀ ਪੜ੍ਹੇ ਲਿਖੇ ਹੋ ਕੇ ਵੀ ਇਨਸਾਨ ਤੇ ਅਜੇ ਤੱਕ ਸਿਰਫ ਸਾਦਾ ਜਿਹਾ ਜੀਵਨ ਜੀਣ ਡੇ ਸੀਗੇ, ਬਸ ਆਪਣੇ ਕੰਮ ਵੱਲ ਹੀ ਧਿਆਨ ਸੀਗਾ। ਤੇ ਹੁਣ ਇਹ ਰਹਿ ਵੀ ਫੋਨ ਜਾਏ ਨੇ ਸਾਨੂੰ ਬਾਰ ਬਾਰ ਮਿਲ ਜਾਂਦਾ, ਜੇ ਸਾਡਾ ਵੱਡਾ ਫੋਨ ਕਿਸੇ ਦੇ ਘਰ ਰਹਿ ਗਿਆ ਸਾਨੂੰ ਨਹੀਂ ਮਿਲਣਾ। ਨਹੀਂ ਫੇਰ ਨਹੀਂ ਮਿਲਣਾ। ਤੇ ਜਿੱਥੇ ਜਾਂਦੇ ਆ ਨਾ ਦਵਾਈ ਦੇ ਚੱਕਰ ਦੇ ਵਿੱਚ ਉੱਥੇ ਫੋਨ ਛੱਡ ਆਉਂਦੇ ਆ, ਤੇ ਫਿਰ ਫੋਨ ਹੀ ਇੰਨੇ ਕੁ ਹੁੰਦੇ ਆ ਵੀ ਲੋਕੀ ਆਪ ਫੋਨ ਕਰਕੇ ਤੇ ਘਰ ਦੇ ਜਾਂਦੇ ਵੀ ਲਓ ਫੜੋ ਡਾਕਟਰ ਸਾਹਿਬ ਫੋਨ। ਨਹੀਂ ਵਧੀਆ ਵਾ, ਇੰਨਾ ਹੋਣਾ ਚਾਹੀਦਾ ਵਾ ਵੀ ਏਡਾ ਵੀ ਨੀ ਫੋਨ ਤੇ ਹੀ ਜੇ ਕੋਲ ਹੋਵੇ ਨਾ ਫਿਰ 24 ਘੰਟੇ ਫੋਨ ਜੋਗੇ ਰਹਿ ਜਾਈਦਾ। ਵੀ ਇੱਧਰੋਂ ਹੋ ਗਿਆ ਕਦੀ ਕਿਸੇ ਦਾ ਸੁਣ ਲਿਆ, ਕਦੀ ਕਿਸੇ ਦਾ ਸੁਣ ਲਿਆ। ਹੁਣ ਫਿਰ ਜੇ ਫੋਨ ਵੇਂਦੇ ਰਹੇ ਹੁਣ ਮੰਮੀ ਵੀ ਮੇਰੇ ਤੇ ਡਿਪੈਂਡ ਆ। ਹਾਂਜੀ ਫਿਰ ਉਹਨਾਂ ਨੂੰ ਤੁਹਾਡੇ ਸਾਹਮਣੇ ਸਾਂਭਣਾ ਹਨਾ, ਹੋਣਾ ਤਵਾਣਾ ਸਿਰ ਵਾਉਣਾ, ਸਾਰੀ ਜ਼ਿੰਮੇਵਾਰੀ ਮੇਰੀ ਪੈ ਜਾਂਦੀ ਆ। ਤੇ ਬੱਚਿਆਂ ਵੀ ਜਾਣਾ, ਘਰ ਦਾ ਵੀ ਕਰਨਾ, ਇਹ ਕੰਮ ਤੇ ਦੀਦੀ ਮੁੱਕਦੇ ਹੀ ਆ ਨਹੀਂ। ਹਾਂਜੀ ਅਜੇ ਕੀ ਸਾਡਾ ਇਕੱਠਾ ਪਰਿਵਾਰ ਕਰਕੇ ਜਿਹਨੂੰ ਤੁਸੀਂ ਪੁੰਮਾ ਨੂੰ ਵੇਖਿਆ ਵੀਡੀਓ ਚ ਵੀ ਉਹ ਅਜੇ ਫੁਲਕੇ ਫੁਲਕੇ ਨਾਲ ਉਹ ਸਾਰਾ ਕੰਮ ਮੇਰੇ ਨਾਲ ਕਰਾ ਲੈਂਦੀ ਆ। ਹਾਂਜੀ ਤੇ ਸਾਡੇ ਇਕੱਠੇ ਪਰਿਵਾਰ ਨਾਲ ਬੜਾ ਫਾਇਦਾ ਵੀ ਆ ਸਾਨੂੰ ਕਿ ਅਸੀਂ ਰਲ ਮਿਲ ਕੇ ਫੈਮਿਲੀ ਦਾ ਤੇ ਬਹੁਤ ਫਾਇਦਾ। ਹਾਂਜੀ ਜੇ ਅਸੀਂ ਜਿਸ ਤਰ੍ਹਾਂ ਮੈਂ ਆਉਣਾ ਹੋਏ ਉਹ ਕੰਮ ਮਗਰੋਂ ਸਾਂਭ ਲੈਂਦੀ, ਜੇ ਉਹਨੇ ਜਾਣਾ ਹੋਏ ਤੇ ਮੈਂ ਸਾਂਭ ਲੈਣੀ, ਇਹ ਬੜਾ ਵਧੀਆ ਹੋ ਜਾਂਦਾ। ਤੇ ਇਹਨਾਂ ਦਾ ਇੱਕ ਹੋਰ ਸਿਸਟਮ ਬੜਾ ਵਧੀਆ ਲੱਗਦਾ ਵੀ ਇਹ ਵੀ ਦੋਵੇਂ ਭੈਣਾਂ ਇੱਕੋ ਘਰ ਵਾ, ਤੇ ਇਹਨਾਂ ਦੀਆਂ ਜਿਹੜੀਆਂ ਵੱਡੀ ਤੇ ਉਹ ਛੋਟੀ, ਸਭ ਤੋਂ ਛੋਟੀ, ਹਾਂ ਸਭ ਤੋਂ ਛੋਟੀ ਮੇਰੇ ਭੂਆ ਜੀ ਦੇ ਬੇਟੇ ਵਾਲਾ। ਹਾਂ ਉਹ ਇਹਨਾਂ ਦੇ ਭੂਆ ਜੀ ਦੇ ਬੇਟੇ ਵੱਲ ਵਾ ਤੇ ਉਹ ਵੀ ਭੈਣਾਂ ਵਾ। ਤੇ ਇਹਦੇ ਵਿੱਚੋਂ ਮੈਂ ਤੁਹਾਨੂੰ ਇੱਕ ਐਕਸਪੀਰੀਅੰਸ ਪੁੱਛਣਾ ਵਾ ਵੀ ਜਿੱਦਾਂ ਕਹਿ ਦਿੰਦੇ ਆ ਵੀ ਇੱਕੋ ਘਰ ਦੋਵੇਂ ਧੀਆਂ ਨਹੀਂ ਤੋਰਨੀਆਂ, ਤੇ ਤੁਹਾਡੇ ਹਿਸਾਬ ਨਾਲ ਕਿੱਦਾਂ ਤੋਰਨੀਆਂ ਚਾਹੀਦੀਆਂ ਕਿ ਨਹੀਂ? ਇਹ ਤਾਂ ਆਪੋ ਆਪਣਾ ਮਨਪ੍ਰੀਤ ਨਜ਼ਰੀਆ ਹੈ ਨਾ। ਹੁਣ ਸਾਨੂੰ 20 ਸਾਲ ਹੋ ਗਏ ਆ, ਜਿੱਥੇ ਦੋ ਭਾਂਡੇ ਉੱਥੇ ਖੜਕ ਤੇ ਜਾਂਦੇ ਹੀ ਹੈ ਨਾ। ਇਹ ਨਹੀਂ ਵੀ ਲੜਾਈ ਨਹੀਂ ਹੁੰਦੀ, ਹਰ ਇੱਕ ਦੇ ਘਰ ਹੁੰਦੀ ਆ ਇਹ ਲੜਾਈ, ਜਿਹੜੀ ਕੋਈ ਦਰਾਣੀ ਜਠਾਣੀ ਦੂਜੀ ਆ ਉਹਦੇ ਨਾਲ ਵੀ ਹੋਣੀ, ਹਾਂਜੀ ਹੋਣੀ, ਆਪਣੀ ਭੈਣ ਨਾਲ ਵੀ ਹੋਣੀ, ਹੋ ਜਾਂਦੀ। ਪਰ ਫਿਰ ਆਖੀ ਚੱਲੀਦਾ ਖਾਣੀ ਤੇ ਰੋਟੀ ਵਰਗੀ ਆ ਨਾ, ਮਨਾ ਫਿਰ ਉੱਥੇ ਚਲੋ ਇੱਕੋ ਮਿੱਕ ਹੋ ਜਾਈਦਾ। ਲੋਕਾਂ ਨੇ ਸਿਸਟਮ ਹੀ ਮੁਕਾਤਾ ਇੱਕ ਕੁੜੀ ਮੁੰਡਾ, ਤੇ ਜੇ ਕਿਹਦਾ ਮੁੰਡਾ ਤੇ ਮੁੰਡਾ ਹੀ ਰੱਖਣ ਡਿਆ ਕਿ ਉਹ ਆਪਣੀ ਸੱਸ ਨਾਲ ਨਾ ਲੜੂ ਨੂੰ ਆ ਕੇ, ਉਹ ਤੇ ਹੈ ਹੀ ਆ, ਮਾਵਾਂ ਦੀਆਂ ਲੜ ਪੈਂਦੀਆਂ ਵਾ, ਭੈਣਾਂ ਭੈਣਾਂ ਲੜ ਪੈਂਦੀਆਂ ਵਾ ਤੇ ਫਿਰ। ਹਾਂਜੀ ਪਰ ਮੇਰੀ ਉਹ ਜਿਹੜੀ ਦੂਸਰੀ ਸਿਸਟਰ ਛੋਟੀ ਮਨਪ੍ਰੀਤ ਉਹਦਾ ਨਾਂ ਤੇ, ਵੱਡੀ ਸਿਸਟਰ ਰੁਪਿੰਦਰ,
ਉਹ ਵੀ ਕਹਿੰਦੇ ਇਹੋ ਕਹਿੰਦੇ ਉਹ ਇਹ ਸਮਝਾਉਂਦੀਆਂ ਕਹਿੰਦੀ ਅਸੀਂ ਵੀ ਇੱਕ ਵਾਰ ਖਾਣੀ ਤਾਂ ਰੋਟੀ ਬੁਰਕੀ ਆ ਨਾ ਤੇ ਜੇ ਰਲ ਮਿਲ ਕੇ ਟਾਈਮ ਨਾ ਮਿਲੇ ਮੇਰੇ ਹਿਸਾਬ ਨਾਲ ਤੇ ਮੈਨੂੰ ਵਧੀਆ ਲੱਗਾ ਸਿਸਟਮ ਇਹ ਵਾਲਾ ਉਹ ਸਗੋਂ ਇਹਨਾਂ ਨੂੰ ਸਮਝਾਉਂਦੀ ਆ ਸਮਝਾਉਂਦੀ ਆ ਤੇ ਲੜਨਾ ਨਹੀਂ ਤੇ ਲੜਨਾ ਨਹੀਂ ਵੀ ਲੜਾਈ ਹੋ ਮੈਂ ਇਹ ਨਹੀਂ ਪਹਿਲਾਂ ਮੈਂ ਪਹਿਲਾਂ ਹੀ ਦੱਸਦੀ ਕਹਿੰਦੀ ਖਾਣੀ ਤਾਂ ਰੋਟੀ ਬੁਰਕੀ ਆ ਤੇ ਲੜ ਕੇ ਵੀ ਅਸੀਂ ਮਰਦੇ ਫਿਰ ਇੱਕ ਦੂਜੇ ਦੇ ਮਰੇ ਤੇ ਇੰਨੀ ਉੱਚੀ ਉੱਚੀ ਰੋਣਾ ਆਉਂਦੀ ਹੋ ਗਈ ਉਹ ਕੀ ਆਉਂਦੀ ਮਤਲਬ ਫਿਰ ਸਹੀ ਗੱਲ ਵਾ ਹੈ ਨਾ ਹਨਾ ਵੀ ਜੇ ਨਾ ਰਿਸ਼ਤਾ ਰੱਖਣਾ ਉਹਨਾਂ ਤੁਸੀਂ ਪਹਿਲਾਂ ਰੱਖੋ ਹਾਂਜੀ ਤੇ ਮਰੇ ਤੇ ਤਾਂ ਹਰ ਕੋਈ ਫਿਰ ਰੋਈ ਲੈਂਦਾ ਵਾ ਜਿਹੜੀਆਂ ਦੂਰੋਂ ਦਰਾਡੇ ਦੇਖੋ ਜੀ ਸਿਆਣੇ ਕਹਿੰਦੇ ਆ ਜਿਉਂਦੇ ਨੂੰ ਡਾਂਗਾ ਮਰਿਆਂ ਨੂੰ ਕਿਸੇ ਨੂੰ ਦੇਣਾ ਸੂਈ ਤੋਂ ਤੱਕ ਮੇਰੇ ਘਰ ਹਰ ਚੀਜ਼ ਦੀ ਜ਼ਿੰਮੇਵਾਰੀ ਇਹਨਾਂ ਦੀ ਕੋਈ ਸਾਡੇ ਸਿਰ ਤੇ ਕੋਈ ਬਰਡਨ ਨਹੀਂ ਕੋਈ ਕਹਿੰਦੇ ਨੇ ਹੁਣ ਮੈਂ ਤਾਂ ਪਤਲੀ ਹੋ ਹੀ ਨਹੀਂ ਸਕਦੀ ਕਿਉਂਕਿ ਮੈਨੂੰ ਜ਼ਿੰਮੇਵਾਰੀ ਹੈ ਨਹੀਂ ਕਿਉਂਕਿ ਲਿਆਉਣ ਦੇਣ ਕਰਨ ਦੀ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਬਸ ਸਾਨੂੰ ਤਾਂ ਆਇਆ ਵਰਤਣਾ ਖਾਣਾ ਪੀਣਾ ਸਭ ਇਹੀ ਹੈ ਤੇ ਸਾਨੂੰ ਸਭ ਕੁਛ ਮਿਲਣ ਡਿਆ ਘਰ ਬੈਠਿਆ ਹੀ ਤੇ ਮੈਂ ਇਹ ਆ ਜਿਸ ਤਰ੍ਹਾਂ ਦਾ ਮੇਰਾ ਘਰ ਵਾਲਾ ਮੈਂ ਨਹੀਂ ਕਹਿੰਦੀ ਹੋਰ ਕਿਸੇ ਨੂੰ ਮਿਲਿਆ ਵੀ ਠੀਕ ਹੈ ਨਾ ਮੈਂ ਮੂੰਹ ਤੇ ਕਹਿੰਦੀ ਚੋਰੀ ਨਹੀਂ ਕਹਿੰਦੀ ਚਲੋ ਉਹਦਾ ਘਰ ਗਦੀ ਕਿਹਾ ਵੀ ਜੀ ਕਿੰਨੀ ਕੁ ਲੜਾਈ ਹੁੰਦੀ ਤੁਹਾਡੀ ਦੋਵਾਂ ਦੀ ਕਹਿੰਦੀ ਆਪਸ ਦਿਨ ਚ ਦੋ ਵਾਰੀ ਹੋਈ ਜਾਂਦੀ ਪਹਿਲੇ ਪਹਿਲਾਂ ਜਦੋਂ ਵਿਆਹ ਹੋਇਆ ਦੋਨੇ ਹੀ ਲੜਾਈ ਹੁੰਦੀ ਜਦੋਂ ਫਿਰ ਨਿਆਣੇ ਹੋ ਜਾਂਦੇ ਤੁਹਾਨੂੰ ਪਤਾ ਨਿਆਣੇ ਦੀ ਆਸ ਚੀਜ਼ ਨੂੰ ਫਿਰ ਤਾਂ ਹੋ ਹੀ ਜਾਂਦੀ ਥੋੜੀ ਨਿਆਣੇ ਇਹ ਨਾ ਕਹਿੰਦੀ ਹਰ ਇੱਕ ਹਸਬੈਂਡ ਦੀ ਆਪਣੀ ਵਾਈਫ ਨਾ ਹੁੰਦੀ ਜੇ ਨਾ ਨਾ ਹੋਵੇ ਤੇ ਫਿਰ ਹੁੰਦਾ ਵਾ ਵੀ ਇਹੀ ਹੋ ਗਿਆ ਅੱਜ ਦਿਨ ਇਦਾਂ ਲੰਘ ਕੇ ਲੜਾਈ ਹੋਈ ਜੇ ਸਾਡੀ ਲੜਾਈ ਨਾ ਹੋਵੇ ਤਾਂ ਸਾਨੂੰ ਹੋਰ ਤਰ੍ਹਾਂ ਫੀਲ ਹੁੰਦਾ ਰਹਿੰਦਾ ਲੜੇ ਨਹੀਂ ਫਿਰ ਲੱਗਦਾ ਹੀ ਨਹੀਂ ਇਹੀ ਆਪਣੀ ਘਰ ਵਾਲੇ ਦੇ ਘਰ ਵਾਲੀ ਉਪਰਾ ਜਿਹਾ ਫੀਲ ਹੋਣ ਡੈ ਪੈਂਦਾ ਵੀ ਇਹ ਕੀ ਚੱਕਰ ਹੋ ਗਿਆ ਫਿਰ ਅਸੀਂ ਲੜਨਾ ਹੁੰਦਾ ਕਿਸੇ ਘਰ ਹਾਂ ਅਸੀਂ ਬਹਾਨਾ ਛੋਟੇ ਮੋਟੀ ਇੰਨਾ ਉਹਦੇ ਪਾਪਾ ਨੇ ਛੋਟੀ ਛੋਟੀ ਚੀਜ਼ ਦਾ ਬਹਾਨਾ ਲੱਭਣਾ ਭਾਵੇਂ ਮੇਰੀ ਸਬਜ਼ੀ ਵਧੀਆ ਵੀ ਬਣੀ ਹੋਈ ਫਿਰ ਵੀ ਬਹਾਨਾ ਲੱਭ ਹੀ ਲੈਣਾ ਯਾ ਯਾ ਤੂੰ ਠੀਕ ਨਹੀਂ ਤੇ ਹੋਰ ਐਂਟਰਟੇਨਮੈਂਟ ਜ਼ਰੂਰੀ ਆ ਕੇ ਬਿਲਕੁਲ ਜੀ ਬਿਲਕੁਲ ਫੇਰ ਹੀ ਰੋਟੀ ਪਾਣੀ ਪਚਦਾ ਇਹਨੇ ਨੇ ਜਿੱਥੇ ਲੜਾਈ ਮਨਪ੍ਰੀਤ ਪਿਆਰ ਵੀ ਹਾਂ ਉੱਥੇ ਹੀ ਆ ਕੇ ਅੱਗੇ ਉਹ ਮੈਨੂੰ ਆਂਦੀ ਹੁੰਦੀ ਸੱਚ ਸੱਚ ਮੈਂ ਕਿਹਾ ਝੂਠ ਮੇਰੀ ਫਿਕਰਤ ਨਹੀਂ ਆ ਮੈਂ ਬੋਲਾਂਗੀ ਮੈਂ ਜੋ ਮੇਰੇ ਦਿਲ 'ਚ ਆ ਨਾ ਉਹੀ ਮੇਰੀ ਜ਼ਬਾਨ ਤੇ ਆਏਗਾ ਬਸ ਭੈਣ ਭਰਾਵਾਂ ਦਾ ਇਹੀ ਸਵਾਲ ਹੀਗਾ ਵੀ ਕਿੰਨੀ ਕੁ ਜ਼ਿਆਦਾ ਲੜਾਕੀ ਆ ਇੰਨੀ ਵੀ ਨਹੀਂ ਹੈਗੀ ਹੈ ਹਾਂਜੀ ਹਾਂਜੀ ਚਲੋ ਤੇ ਸਮਝ ਚੱਲਦਾ ਰਹਿੰਦਾ ਜੀ ਬਹੁਤ ਜ਼ਿਆਦਾ ਵੀ ਨਹੀਂ ਪਰ ਥੋੜਾ ਬਹੁਤਾ ਨੋਕ ਝੋਕ ਚੱਲਦੀ ਰਹਿੰਦੀ ਹਾਂਜੀ ਜਦੋਂ ਵੀਰ ਜੀ ਨੇ ਆਉਣਾ ਮੋਟਰਸਾਈਕਲ ਖੜਾ ਕਰਨਾ ਵਾ ਅਜੇ ਇਹਨੇ ਦੀਦੀ ਨੇ ਬਸ ਖਿਸਕ ਜਾਣਾ ਬਸ ਮਨਪ੍ਰੀਤ ਮੈਂ ਆਈ ਭਾਵੇਂ ਸੀਨ ਚੱਲਣ ਵੀ ਡਿਆ ਹੋਏ ਭੱਜਦੇ ਰਿਹਾ ਕੇ ਮੈਂ ਬਸ ਆਈ ਪਾਣੀ ਉਸੇ ਵੇਲੇ ਪਾਣੀ ਚਾਹ ਪੁੱਛ ਕੇ ਤੇ ਫੇਰ ਦੀਦੀ ਨੇ ਹਾਜ਼ਰ ਮਤਲਬ ਦੌੜੇ ਹੀ ਰਹਿੰਦੇ ਦੌੜੇ ਰਹਿੰਦੇ ਮੈਂ ਅੱਗੇ ਵੇਖਦੀ ਵੀ ਦੀਦੀ ਬਹੁਤ ਐਕਟਿਵ ਆ ਤੇ ਕੰਮ ਵੀ ਬਹੁਤ ਜ਼ਿਆਦਾ ਹੀ ਕਰਦੇ ਆ ਇਹ ਨਹੀਂ ਸਗੋਂ ਮੈਨੂੰ ਕਈ ਵਾਰ ਕਹਿ ਦਿੰਦੇ ਆ ਮਤਲਬ ਕਿ ਪਹਿਲਾਂ ਮੈਂ ਜਿੱਲੀ ਥੋੜੀ ਮੈਂ ਆਪਣੀ ਸੱਚਾਈ ਦੱਸਦੀ ਆ ਮੈਂ ਇੰਨੀ ਤੇਜ਼ ਨਹੀਂ ਮੈਨੂੰ ਕਹਿੰਦੇ ਜਿੱਦਣ ਤੇਰੀ ਵੀਡੀਓ ਵਾਲੇ ਆਉਣੇ ਉਹਨੇ ਉਦੋਂ ਤਾਂ ਕੰਮ ਬੜੀ ਚੱਲ ਲੇਕਿਨ ਮੈਨੂੰ ਹੁੰਦਾ ਫਿਰ ਮੇਰਾ ਕੀ ਤਾਂ ਕਿਹੜੇ ਵੇਲੇ ਮੇਰਾ ਸੀਨ ਪੈਣਾ ਹੁੰਦਾ ਹੈ ਨਾ ਤੇ ਫਿਰ ਮੈਂ ਤਾਂ ਆਪਣਾ ਕੰਮ ਇੰਟਰਮੈਂਟ ਹੀ ਕਰਦੀ ਫਿਰ ਮੈਂ ਕਈ ਵਾਰ ਕਹੂੰ ਛੇਤੀ ਛੇਤੀ ਰੋਟੀ ਖਾ ਲਓ ਤੁਸੀਂ ਇਹਨਾਂ ਨੂੰ ਆਵਾਜ਼ ਨਾ ਮਾਰਿਆ ਕਿਉਂਕਿ ਜੇ ਫਰੀ ਮਾਇੰਡ ਹੋ ਕੇ ਮੈਂ ਆਪਣਾ ਕੰਮ ਕਰਦੀ ਨਾ ਫਿਰ ਮੈਨੂੰ ਧਿਆਨ ਮੈਂ ਜਦੋਂ ਮੈਨੂੰ ਕਿਸੇ ਨੇ ਕੰਮ ਦੇ ਦਿੱਤਾ ਨਾ ਤੂੰ ਜੁੱਤੀਆ ਕੰਮ ਕਰਨਾ ਫਿਰ ਮੈਂ ਉਹਦੇ ਲਈ ਟਾਈਮ ਕੱਢਣਾ ਹੀ ਕੱਢਣਾ ਵੀ ਮੈਂ ਇਹ ਕੰਮ ਉਹਦਾ ਕਰਨਾ ਹੀ ਕਰਨਾ ਠੀਕ ਹੈ ਨਾ ਕਿਉਂਕਿ ਬੜੀ ਆਸ ਲੱਗੀ ਹੁੰਦੀ ਕਿਸੇ ਨੂੰ ਜਿੰਨੇ ਜੇ ਕੋਈ ਚੀਜ਼ ਦਾ ਮਨ ਪ੍ਰੀਤ ਆ ਇਹਨੇ ਮੈਨੂੰ ਜ਼ਿੰਮੇਵਾਰੀ ਕੰਮ ਦੇ ਦਿੱਤੀ ਫਿਰ ਮੈਂ ਨਿਭਾਵਾਂ ਨਾ ਚੰਗੀ ਤਰ੍ਹਾਂ ਤਾਂ ਫਿਰ ਮੇਰੇ ਲਈ ਤਾਂ ਮਾੜੀ ਗੱਲ ਹੈ ਨਾ ਇਸ ਕੋਈ ਜ਼ਿੰਮੇਵਾਰੀ ਵੀ ਇਹੀ ਸੋਚ ਕੇ ਦਿੰਦਾ ਵਾ ਵੀ ਅਗਲੇ ਨੇ ਕਰ ਲੈਣਾ ਕੰਮ ਬਿਲਕੁਲ ਨਹੀਂ ਤੇ ਫਿਰ ਦਿਮਾਗ ਤੇ ਟੈਨਸ਼ਨ ਨਹੀਂ ਰਹਿੰਦੀ ਕਿ ਪਤਾ ਨਹੀਂ ਅਗਲੇ ਨੇ ਕਰਨਾ ਕਿ ਨਹੀਂ ਕਰਨਾ ਤੇ ਮੈਂ ਵੀ ਛੱਡ ਕੇ ਬੈਠੀ ਰਹਾਂ ਹੁਣ ਆ ਮੇਰਾ ਪਰਸ ਜਿਹੜਾ ਨਾ
ਮੇਰੀ ਹੁਣ 11 ਅਪ੍ਰੈਲ ਨੂੰ ਮੇਰੀ 20ਵੀਂ ਮੈਰਿਜ ਐਨਵਰਸਰੀ ਲੰਘੀ ਤੇ ਇਹ ਚ ਮਨਪ੍ਰੀਤ ਦੀ ਮਨਜੋਤ ਭਾਜੀ ਦੀ ਲੜਾਈ ਹੋ ਗਈ। ਲੜਾਈ ਕਿਉਂ ਹੋ ਗਈ ਤੁਸੀਂ ਦੱਸੋ। ਬਸ ਇਹ ਕਿ ਮੈਂ ਲੈ ਕੇ ਜਾਣਾ ਮਨਜੋਤ, ਕਹਿੰਦੇ ਅਸੀਂ ਟਾਈਮ ਨਾ ਪਹੁੰਚ ਬਲੈਕ ਕਲਰ ਬਲੈਕ ਕਲਰ ਤੋਂ ਫਿਰ ਕਹਿੰਦੇ ਵੀ ਜਾਂ ਜਦੋਂ ਮੈਂ ਗਈ ਤੇ ਉੱਥੇ ਆ ਗਿਆ ਪਸੰਦ, ਫਿਰ ਇਹ ਕਹੀ ਜਾਵੇ ਨਹੀਂ ਬਲੈਕ ਨਹੀਂ ਦੇਣਾ, ਏਦਾਂ ਨਹੀਂ ਓਦਾਂ ਨਹੀਂ। ਮੈਂ ਹਾਂ ਵੀ ਹੁਣ ਬਲੈਕ ਤੇ ਹਰ ਇੱਕ ਨੇ ਚੱਲਣਾ ਵਾ, ਸ਼ਗਨਾਂ ਦਾ ਕੰਮ ਹੁੰਦਾ ਤੇ ਕਹਿੰਦੇ ਸ਼ਗਨਾਂ ਦਾ ਕੰਮ ਆ। ਮੈਂ ਦੱਸ ਕੋਈ ਨਹੀਂ, ਸ਼ਗਨ ਹੁੰਦੇ 20 ਸਾਲ ਹੋ ਗਏ, ਹੁਣ ਮੈਂ ਬਲੈਕ ਲੈ ਕੇ ਜਾਣਾ ਵਾ, ਹੁਣ ਸ਼ਗਨ ਮੰਗੇ। ਹੋਰ ਜਦੋਂ ਇਹ ਰਾਤ ਨੂੰ ਜਾਣ, ਕਈ ਵਾਰ ਰਾਤ ਨੂੰ ਆਖੀਦਾ ਵੀ ਰਾਤ ਨੂੰ ਜਦੋਂ ਇਹ ਪਹੁੰਚਦਾ, ਜਦੋਂ ਵੀ ਆਪਾਂ ਜਾਈਏ ਦੀਦੀ ਨੇ ਰੋਟੀ ਖਾ ਨਹੀਂ ਕੋਈ ਗੱਲ ਨਹੀਂ। ਉਹ ਵੀ ਇਹਨਾਂ ਨੇ ਤੇ ਜੇ ਜੇ ਵੇਖਿਆ ਨਾ ਵੀ ਇਹਨੂੰ ਇਹਨੇ ਜਾ ਕੇ ਇਹਨੂੰ ਗੱਲਾਂ ਗੱਲਾਂ ਚ ਪੁੱਛ ਲੈਣਾ ਕੀ ਕੀ ਮਨਪ੍ਰੀਤ, ਹੁਣ ਜਾ ਕੇ ਕਰਨਾ। ਮੈਂ ਕਹਿ ਦੇਣਾ ਸਬਜ਼ੀ ਬਣਾਉਣੀ, ਦੀਦੀ ਨੇ ਚੱਟ ਪਾ ਕੇ ਕਰ ਦੇਣੀ ਵੀ ਹਲ ਫੜ ਜੇ ਲੈ ਕੇ ਜਾ ਵੀ ਘਰ ਜਾ ਕੇ ਨੀ ਬਣਾਉਣੀ। ਅਵਲ ਤੇ ਉੱਥੇ ਹੀ ਫੜ ਲੈਣਾ ਵੀ ਰੋਟੀ ਖਾ ਕੇ ਜਾਓ, ਹੁਣ ਜੋ ਮਰਜ਼ੀ ਉਹ ਦਾ ਆਪਣੀ ਕੋਈ ਕਿਸਮਤ ਖਾਂਦਾ, ਠੀਕ ਹੈ ਨਾ, ਕੋਈ ਕਿਸੇ ਦਾ ਨਹੀਂ ਖਾਂਦਾ, ਉਹ ਜਿਹਦੇ ਹਿੱਸੇ ਦੀ ਬਣੀ ਉਹਨੇ ਖਾਈ ਜਾਣੀ। ਇਹ ਮੈਂ ਕਹਿਣੀ ਵੀ ਜਦੋਂ ਮਨਪ੍ਰੀਤ ਦਾ ਰਾਤ ਟਾਈਮ ਲੱਗਦਾ, ਕਈ ਵਾਰ ਵਿਚਾਰੀ ਨੂੰ ਦਿਨੇ ਬਿਜੀ ਹੁੰਦੀ, ਕੋਈ ਨਾ ਕੋਈ ਇਹਦੇ ਘਰ ਇਹਨੇ ਮੱਥੇ ਵੱਟਣੀ ਪਹਿਲੀ ਗੱਲ ਪਾਉਣਾ। ਜੇ ਇਹਦੇ ਘਰ ਸਾਡੇ ਤੋਂ ਇਲਾਵਾ ਕੋਈ ਵੀ ਆ ਜਾਏ, ਪਹਿਲਾਂ ਤਾਂ ਇਹਨੇ ਆਉਂਦਿਆਂ ਨੂੰ, ਕਈ ਹੁੰਦੇ ਨਾ ਆਪਣੀ ਵੀਡੀਓ ਨਾਲ ਮਤਲਬ ਸਾਨੂੰ, ਕੋਈ ਦੂਜੇ ਨਾਲ ਮਤਲਬ ਨਹੀਂ, ਪਹਿਲਾਂ ਪਾਣੀ ਫਿਰ ਚਾਹ ਪਾਣੀ ਜੋ ਵੀ ਇਹਨੇ ਪਾਲਣਾ ਪੈਣਾ, ਫਿਰ ਦੀਦੀ ਕੰਮ ਆਪਣਾ ਕਰਨੇ ਹੈ। ਮੈਂ ਪਹਿਲਾਂ ਢਿੱਡ ਰੱਜਿਆ ਹੋਊਗਾ ਤੇ ਫੇਰ ਹੀ ਬੰਦਾ ਕੰਮ ਵੀ ਕਰ ਨਹੀਂ ਸਕਦਾ। ਪਰ ਮਨਪ੍ਰੀਤ ਦੇ ਕਈ ਨਹੀਂ ਮਤਲਬ ਅਸੀਂ, ਮੈਂ ਕੋਈ ਆਪਣੀ ਗੱਲ ਕਰਦੀ ਆ, ਆਪਾਂ ਕਿਤੇ ਕੱਪੜੇ ਸਿਲਾਈ ਦੇਣ ਜਾਂਦੇ ਹੁੰਦੇ ਸੀ ਪਹਿਲਾਂ, ਉਹਨਾਂ ਦਾ ਬਸ ਕੱਪੜੇ ਸੀ ਨਾ ਪਾਣੀ ਤੱਕ ਨੀ, ਗਰਮੀ ਚ ਪੁੱਛਣਾ ਕੋਈ ਬਾਹਰੋਂ ਆਇਆ। ਇਹ ਵੀ ਕਿਸੇ ਕਿਸੇ ਚ ਖਾਸੀਅਤ ਹੁੰਦੀ ਜਿਹੜੀ ਕਿ ਮਨਪ੍ਰੀਤ ਦੇ ਵਿੱਚ ਹੈ। ਰੋਟੀ ਦਾ ਮਤਲਬ ਨੀ ਕਹਿੰਦਾ, ਮੇਰਾ ਇਹ ਮਤਲਬ ਸੀ ਵੀ ਜਦੋਂ ਇਹਨਾਂ ਦਾ ਦਿਨੇ ਵੀ ਵਿਚਾਰੀ ਕਈ ਵਾਰ ਬਲਜੀਤ ਹੋਣਾ ਨਾਲ ਕੰਮ ਕਰਦਿਆਂ ਬਿਜੀ ਹੁੰਦੀ ਆ, ਕਈ ਵਾਰ ਸ਼ਾਮ ਨੂੰ ਫੋਨ ਕਰ ਦੇਗੀ, ਫਿਰ ਮੈਨੂੰ ਹੋਊ ਵੀ ਉਹ ਆਪਣਾ ਕੰਮ ਕਰਕੇ ਛੱਡ ਕੇ ਆਪਣੇ ਬੱਚੇ ਕਿੱਦਾਂ ਆਈ। ਕੋਈ ਗੱਲ ਨੀ ਮਨਪ੍ਰੀਤ, ਨਾ ਨੀ ਤੂੰ ਰਾਤ ਆ ਦੇਣਾ, ਇਹਨੂੰ ਅਸੀਂ ਨਾ ਨੀ ਕਰਦੇ, ਤੁਸੀਂ ਆ ਜਾਓ ਤੇ ਕੋਈ ਗੱਲ ਨੀ ਅਸੀਂ ਸੀਨ ਤੁਹਾਡੇ ਕਰ ਦਾਂਗੇ। ਹਾਂ ਨਹੀਂ ਇਹ ਤੇ ਆ ਵੀ ਜਦੋਂ ਵੀ ਟਾਈਮ ਲੱਗਿਆ, ਕਈ ਵਾਰੀ ਹੁਣ ਮਾਮੀ ਜੀ ਉਹਨਾਂ ਨੂੰ ਵੀ ਰਾਤ ਹੀ ਮੈਂ ਸੱਦਦੀ ਹੁੰਦੀ ਆ, ਤੇ ਕਈ ਵਾਰੀ ਅਚਾਨਕ ਜੇ ਗੈਸਟ ਆ ਜਾਂਦੇ ਆ ਫਿਰ ਟਾਈਮ ਹੀ ਨਹੀਂ ਨਿਕਲਿਆ ਹੁੰਦਾ ਨਾ, ਪਤਾ ਨਹੀਂ ਹੁੰਦਾ। ਤੇ ਕਈ ਵਾਰੀ ਸ਼ੂਟਿੰਗ ਹੋਣਦੀ ਹੁੰਦੀ ਆ, ਵਿੱਚੋਂ ਹੀ ਛੱਡ ਕੇ ਆਪਾਂ ਚੱਲੇ ਉਹਨਾਂ ਨੂੰ ਭੇਜ ਦੇਈਦਾ ਵਾ ਵੀ ਹੁਣ ਸਾਡੇ ਵੀ ਪ੍ਰਾਹੁਣੇ ਆਏ ਆ, ਭੈਣ ਭਰਾ ਆਏ, ਅਸੀਂ ਇਹਨਾਂ ਦੇ ਲਾਗੇ ਵੀ ਬਹਿਣਾ ਵਾ ਤੇ ਤੁਹਾਨੂੰ ਫੇਰ ਸੱਦ ਲਾਂਗੇ, ਕਿਉਂਕਿ ਵੀਡੀਓ ਵੀ ਬੜੀ ਜ਼ਰੂਰੀ ਹੁੰਦੀ ਆ ਬਣਾਉਣੀ। ਤੇ ਪਰ ਇਹ ਵੀ ਜਿਹੜਾ ਹੁਣ ਭੈਣ ਭਰਾ ਆ ਉਹਦੇ ਲਾਗੇ ਵੀ ਬਹਿਣਾ ਬਹੁਤ ਜ਼ਰੂਰੀ ਹੁੰਦਾ, ਤੇ ਫਿਰ ਇਹ ਵੀ ਜਦੋਂ ਹਨੇਰੇ ਸੁਨੇਰੇ ਆਪਾਂ ਬਣਾ ਲਈਦੀ ਆ, ਭਾਵੇਂ ਸਟੋਰੀ ਇੱਧਰ ਲੈ ਜਾਈਏ ਉੱਧਰ ਲੈ ਜਾਈਏ, ਲਿਖੀ ਆਪਾਂ ਜਦੋਂ ਸਟੋਰੀ ਕਰੀਦੀ ਆ ਨਾ ਸਟਾਰਟ, ਉਦੋਂ ਸਾਡੀ ਹੋਰ ਹੁੰਦੀ ਆ, ਬਾਅਦ ਵਿੱਚ ਜਿੱਦਾਂ ਮੈਂਬਰਾਂ ਨੂੰ ਕੰਮ ਪੈ ਗਿਆ ਜਾਂ ਸਾਨੂੰ ਪੈ ਗਿਆ ਜਾਂ ਕੋਈ ਮਤਲਬ ਅਚਨਚੇਤ ਜੀ ਗੱਲ ਹੋ ਜਾਂਦੀ ਆ, ਉਹ ਤੁਹਾਡੇ ਸਾਹਮਣੇ ਸਟੋਰੀ ਜਿਹੜੀ ਉਹ ਪੂਰੀ ਬਦਲ ਹੀ ਜਾਂਦੀ ਆ। ਹਾਂਜੀ ਹਾਂਜੀ। ਤੇ ਪਰ ਫਿਰ ਵੀ ਆਪਾਂ ਜਿਹੜਾ ਵਾ ਉਹਨੂੰ ਸਹੀ ਟਰੈਕ ਤੇ ਲਿਆਉਣ ਦੀ ਜਿਹੜੀ ਕੋਸ਼ਿਸ਼ ਕਰੀਦੀ ਹੈ। ਇੱਕ ਹੋਰ ਸਵਾਲ ਪੁੱਛਿਆ ਵਾ ਸਾਡੀ ਭੈਣ ਨੇ ਕਿ ਤੁਹਾਨੂੰ ਦਸ਼ਮੇਸ਼ ਪਬਲਿਕ ਸਕੂਲ ਕਰਦੀਆਂ ਦੇ ਵਿੱਚ ਵੇਖਿਆ ਸੀਗਾ, ਤੇ ਉੱਥੇ ਤੁਹਾਡਾ ਕੋਈ ਬੱਚਾ ਪੜ੍ਹਦਾ ਸੀਗਾ? ਹਾਂਜੀ ਅਭਿਜੋਤ ਉੱਥੇ ਪਲੱਸ 1 ਮੈਡੀਕਲ ਚ, ਉਹਨੇ ਉੱਥੇ ਹੀ ਐਡਮਿਸ਼ਨ ਲਈ ਸੀ। ਹਾਂਜੀ। ਪਲੱਸ 2 ਵੀ ਉਹਨੇ ਉੱਥੇ ਕੀਤੀ। ਅੱਛਾ ਅੱਛਾ। ਤੇ ਉਹਦੀ ਨੰਬਰ ਵੀ 98% ਉਹਨੇ ਨੰਬਰ ਕਾਫੀ ਲਏ। ਹਾਂਜੀ ਉਹਦੇ ਨੰਬਰ ਆਏ ਸੀ 90%, ਤੇ ਉਹਦਾ ਟਾਰਗੇਟ ਸੀਗਾ ਵੀ ਦੀਦੀ ਮੈਂ ਤੇ 98% ਲੈਣੀ ਸੀਗੀ। ਉਹ ਨਾ ਬੜਾ ਮਤਲਬ ਸੈਡ ਜਾ ਹੋ ਕੇ ਬੈਠਾ ਜਦੋਂ ਰਿਜ਼ਲਟ ਆਇਆ, ਤੇ ਮੈਂ ਕਿਹਾ ਅਭਿਜੋਤ ਕੀ ਗੱਲ ਹੋਈ ਆ? ਕਹਿੰਦਾ ਮੈਂ ਆਪਣੇ ਟਾਰਗੇਟ ਤੋਂ ਰਹਿ ਗਿਆ ਵਾਂ, ਚੁੱਕ ਗਿਆ ਵਾਂ,
ਹੁਣ ਮੇਰੇ ਸਰ ਨੇ ਗੁੱਸੇ ਹੋਣਾ ਵਾ, ਮੈਂ ਕਿਹਾ ਜਾਗਾ ਪਿਛਦਾ ਹੀ ਆ, ਕਿੱਥੋਂ ਗੁੱਸੇ ਹੋਣਾ ਵਾ, ਇਹਨੇ ਜਿਹੜਾ ਮੁੰਡਾ ਜਿਹੜਾ 90% ਲਵੇ, ਇਹ ਵੀ ਬੜੀ ਵੱਡੀ ਗੱਲ ਹੁੰਦੀ ਆ। ਤੇ ਬੱਚਾ ਬੜਾ ਬਹੁਤ ਸਿੰਸੀਅਰ ਵਾ ਤੁਹਾਡਾ ਬੱਚਾ, ਹੈ ਨਾ, ਕਿ ਆਪਾਂ ਮੈਂ ਹੁਣ ਉਹਨੂੰ ਮਿਲਦੀ ਵਰਤਦੀ ਆ, 1 ਸਾਲ ਹੋ ਗਿਆ ਵਾ, ਬਹੁਤ ਹੀ ਪਿਆਰਾ ਜਿਹਾ ਬੱਚਾ ਵਾ। ਮਨਪ੍ਰੀਤ ਫਾਲਤੂ ਉਹਨੇ ਕੋਈ ਖਰਚਾ ਨੀ ਕਰਨਾ, ਜੇ ਉਹਨੇ ਮੇਰੇ ਕੋਲ 50 ਰੁਪਏ ਲੈਣੇ ਉਹ ਵੀ ਉਹਨੇ ਮੇਰੇ ਕੋਲ ਪੁੱਛ ਕੇ ਲੈਣੇ, ਜਾਂ ਉਹਨੇ ਕਹਿਣਾ ਪਾਪਾ ਆਪਣੇ ਕੋਲ ਉਹਨਾਂ ਕੋਲ ਵੀ ਪੁੱਛ ਕੇ ਲੈਣੇ, ਫਿਰ ਉਹਨੇ ਹਿਸਾਬ ਵੀ ਦੇਣਾ, ਨਹੀਂ ਤੇ ਬੱਚੇ ਹਿਸਾਬ ਨੀ ਦਿੰਦੇ ਨਹੀਂ ਦਿੰਦੇ ਹਾਂਜੀ। ਤੇ ਫਿਰ ਉਹਦੀ ਵੱਡੀ ਗੱਲ, ਉਹਨੂੰ ਪੱਗਾਂ ਦਾ ਬਹੁਤ ਸ਼ੌਂਕ, ਉਹਨੇ ਕਹਿਣਾ ਮੰਮੀ ਭਵੇਂ ਆਹ ਪੱਗਾਂ ਫੋਟੋ ਖਲ ਦੇਣੀ ਫੋਨ ਤੇ, ਆਹ 2 ਪੱਗਾਂ ਮੈਂ ਲਾਉਣੀ, ਮੈਂ ਕਹਿਣਾ ਚੱਲ ਕੋਈ ਗੱਲ ਨੀ। ਫਿਰ ਇੱਕ ਦਿਨ ਮੈਨੂੰ ਹੱਸ ਨੇ ਕਹਿੰਦਾ ਮੰਮੀ ਤੁਹਾਡਾ ਮੁੰਡਾ ਵਾਲ ਕਟਾਉਣ ਵਾਲਾ ਤੇ ਨਹੀਂ ਨਾ ਕਹਿੰਦਾ ਪੱਗਾਂ ਵਾਲਾ, ਫਿਰ ਮੈਂ ਵੀ ਨੀ ਕਦੀ ਚੀਸੀ ਬੈਠੀ, ਮੈਂ ਕਿਹਾ ਤੂੰ ਲੈ ਆ ਕੋਈ ਗੱਲ ਨੀ, ਮੈਂ ਤੇਰੇ ਪਾਪਾ ਨੂੰ ਕਹਿ ਦੂੰਗੀ। ਹਾਂ ਚਲੋ, ਕਿਉਂਕਿ ਪੈਸੇ ਇੰਨਾ ਹੀ ਮੈਨੂੰ ਕਹਿਣਾ ਉਹਨੇ ਵੀ ਤੂੰ ਦੇ। ਹਾਂਜੀ, ਇਹਦੇ ਨਾਲ ਹੀ ਲੱਗਦਾ ਸਵਾਲ ਵੀ ਉਹਨੇ ਪਲੱਸ ਟੂ ਕਰ ਲਈ ਸੀਗੀ, ਤੇ ਮੋਸਟਲੀ ਬੱਚੇ ਜਿਹੜੇ ਪਲੱਸ ਟੂ ਕਰਦੇ ਆ ਸਾਰੇ ਹੀ ਬਾਹਰ ਜਾਂਦੇ ਆ, ਤੇ ਤੁਸੀਂ ਆਪਣੇ ਬੱਚੇ ਨੂੰ ਇੱਥੇ ਰੱਖਣ ਦਾ ਫੈਸਲਾ ਕੀਤਾ, ਉਹ ਕਿਉਂ? ਦੇਖੋ ਜੀ, ਪਲੱਸ ਟੂ ਜਦੋਂ ਬੱਚਾ ਕਰਦਾ ਆ ਫਿਰ ਕਾਫੀ ਹੱਦ ਤੱਕ ਉਹਦੀ ਏਜ ਬਹੁਤ ਛੋਟੀ ਹੁੰਦੀ। ਹਾਂਜੀ, ਛੋਟੀ ਹੁੰਦੀ, 18 ਸਾਲ ਦੀ ਉਮਰ ਤੱਕ ਬੱਚਾ ਪਲੱਸ ਟੂ ਕਰ ਲੈਂਦਾ। ਹਾਂਜੀ, ਠੀਕ ਹੈ ਨਾ। ਇੱਕ ਆ ਕਿ ਜਦੋਂ ਛੋਟੀ ਉਮਰ 'ਚ ਬੱਚੇ ਨੂੰ ਬਾਹਰ ਭੇਜ ਦਈਦਾ ਫਿਰ ਉੱਥੇ ਕਾਫੀ ਮੁਸ਼ਕਲ ਆਉਣ ਪਈ। ਪਲੱਸ ਟੂ ਕਰਕੇ ਕੋਈ ਨਹੀਂ, ਵਧੀਆ ਨਹੀਂ ਕਿ ਗਰ ਬੱਚੇ ਨੂੰ ਬਾਹਰ ਭੇਜ ਦੂ। ਹਾਂਜੀ, ਹਨਾ, ਇੱਥੇ ਕੋਈ ਪਹਿਲਾਂ ਕੋਰਸ ਕਰਾਓ ਉਹਨੂੰ, ਹਨਾ, ਕੋਰਸ ਕਰਾ ਕੇ ਭੇਜੋ ਜੋ ਉਹਦੇ ਪੱਲੇ ਹੋਵੇ ਕੁਛ, ਫਿਰ ਵਧੀਆ ਗੱਲ। ਹਾਂਜੀ, ਜਿੱਥੋਂ ਫਿਰ ਜੋ ਜਾ ਕੇ ਪਲੱਸ ਟੂ ਕਰਕੇ ਬੱਚਾ ਜਾਂਦਾ ਆ ਫਿਰ ਉੱਥੇ ਕਾਫੀ ਮੁਸ਼ਕਲਾਂ ਉਹਨੂੰ ਆਉਂਦੀਆਂ, ਕਈ ਵਾਰ ਬੱਚਾ ਡਿਪਰੈਸ਼ਨ ਚ ਵੀ ਚਲਾ ਜਾਂਦਾ। ਡਿਪਰੈਸ਼ਨ ਚ ਜਾਂਦਾ, ਤੁਸੀਂ ਵੇਖਿਆ ਹੋਣਾ ਕਿਸੇ ਕੈਨੇਡਾ ਦੇ ਵਿੱਚ ਬੱਚਿਆਂ ਨੂੰ ਕਾਫੀ ਮੁਸ਼ਕਲਾਂ ਆਈਆਂ। ਹਾਂਜੀ, ਤੇ ਡਿਪਰੈਸ਼ਨ ਕਰਕੇ ਕੁਝ ਬੱਚੇ ਹਾਂਜੀ ਆਪਣੀ ਜਾਨ ਵੀ ਗਵਾ ਲਈ, ਕਈ ਦੇ ਡੈਥ ਵੀ ਹੋ ਗਈ। ਇਹ ਕਰਕੇ ਪਲੱਸ ਟੂ ਕਰਕੇ ਨਾ ਭੇਜੋ ਬੱਚਿਆਂ ਨੂੰ, ਥੋੜਾ ਚਲੋ ਬੱਚਾ 18 ਸਾਲ ਦਾ 23-24 ਸਾਲ ਤੱਕ ਬੱਚੇ ਨੂੰ ਭੇਜੋ, ਕਿਉਂਕਿ ਉਹਨੂੰ ਕਾਫੀ ਹੱਦ ਤੱਕ ਆਪਣੇ ਦਾ ਪਤਾ ਲੱਗ ਜਾਂਦਾ। ਨਹੀਂ, ਸਰਵਸਾਂ ਬੱਚਿਆਂ ਨੂੰ ਮੰਨਦੇ ਆ, ਬੱਚਿਆਂ ਨੂੰ ਹੁੰਦਾ ਵਾ ਕਿ ਅਸੀਂ ਬਾਹਰ ਜਾਈਏ, ਪਰ ਇਹ ਉਹਦੇ ਹੱਥ 'ਚ ਕੋਈ ਡਿਗਰੀ ਤਾਂ ਹੋਏ। ਹਾਂਜੀ, ਤੇ ਰਹਿ ਖਾ ਕੇ ਮੈਂ ਲਗਾ ਨਹੀਂ ਕਰਦੀ ਵੀ ਲੇਬਰ ਮੁੰਡਿਆਂ ਕੋਲ ਨਹੀਂ ਹੋਣੀ, ਕਿਉਂਕਿ ਅੱਜ ਕੱਲ੍ਹ ਦੇ ਬੱਚੇ ਉੱਠਦੇ ਲੇਟ, ਕੋਈ ਕੰਮ ਨਹੀਂ ਵਾਧੂ, ਪਰ ਪਹਿਲਾਂ ਬੱਚੇ ਸਖ਼ਤ ਕੰਮ ਕਰਦੇ, ਖੇਤੀਬਾੜੀ ਦਾ ਕੰਮ, ਹੁਣ ਬੱਚੇ ਕੁਛ ਨੀ ਕਰਦੇ ਇਹੋ ਜਿਹੇ ਕੰਮ। ਹਾਂ, ਜਿਮ ਜ਼ਰੂਰ ਜਾਂਦੇ ਆਪਣਾ ਸਰੀਰ ਤੋੜਨ, ਪਰ ਇਹਨਾਂ ਨਿਆਣੇ ਦੇ ਹੱਥ 'ਚ ਕੋਈ ਚੀਜ਼ ਹੋਏ, ਕੋਈ ਡਿਗਰੀ ਹੋਏ, ਜਿਹੜਾ ਬੱਚੇ ਨੂੰ ਉੱਥੇ ਜਾ ਕੇ ਪਰੇਸ਼ਾਨੀ ਨਾ ਆਏ ਬਾਹਰ। ਪਰ ਹੁਣ ਇਹਨਾਂ ਵੀ ਤੁਸੀਂ ਵੇਖੋ ਵੀ ਆਪਾਂ 18 ਸਾਲ ਦੇ ਬੱਚੇ ਨੂੰ ਵਿਆਹੁੰਦੇ ਨਹੀਂ ਆ, ਵੀ ਸਾਡਾ ਜਿਹੜਾ ਬੱਚਾ ਵਾ ਛੋਟਾ ਵਾ, ਵੀ ਜ਼ਿੰਮੇਵਾਰੀ ਵਿਆਹੁਣ ਦਾ ਕੀ ਮਤਲਬ ਹੁੰਦਾ ਵਾ, ਵੀ ਜ਼ਿੰਮੇਵਾਰੀ ਆ ਜਾਣੀ ਵਾਈਫ ਦੀ ਵੀ, ਹਨਾ, ਤੇ ਰਿਸ਼ਤੇਦਾਰੀਆਂ ਦੀ ਵੀ, ਤੇ ਜਿਹੜਾ ਬਾਹਰ ਕੱਲ ਦੇਣਾ ਉਹ ਵੀ ਬੱਚੇ ਨੇ ਇਕੱਲੇ ਜ਼ਿੰਮੇਵਾਰੀਆਂ ਵਿਆਹ ਤੋਂ ਵੱਧ ਦੀਆਂ ਚੁੱਕ ਲੈਂਦਾ, ਕਿਉਂਕਿ ਉਹਨੂੰ ਹੁੰਦਾ ਵਾ ਪਿੱਛੇ ਮੇਰੀ ਫੈਮਿਲੀ ਆ, ਉਹਨਾਂ ਨੂੰ ਪੈਸਾ ਧੇਲਾ ਵੀ ਘੱਲਣਾ ਵਾ, ਕਿਉਂਕਿ ਮੋਸਟਲੀ ਕਰਜ਼ਾ ਚੁੱਕ ਕੇ ਘੱਲੀ ਦੇ ਬੱਚੇ ਬਾਹਰ, ਇੰਨੀ ਸੇਵਿੰਗ ਤੇ ਹੁੰਦੀ ਨਹੀਂ ਆ ਵੀ ਆਪਣੇ ਬੈਂਕ ਚੋਂ ਕੱਢੇ ਤੇ ਭੇਜਦੇ, ਬਿਲਕੁਲ ਜੋ ਕਿੰਨੀ ਜ਼ਿੰਮੇਵਾਰੀ ਆ ਜਾਂਦੀ ਬੱਚਿਆਂ ਤੇ, ਤੇ ਬੱਚੇ ਫਿਰ ਬੜਾ ਮਤਲਬ ਡਿਪਰੈਸ਼ਨ ਦੇ ਵਿੱਚ ਚਲ ਜਾਂਦੇ, ਲਾਈਫਸਟਾਈਲ ਤੇ ਬੜਾ ਵੱਧ ਜਾਂਦਾ। 18 ਸਾਲ ਦੀ ਉਮਰ ਬੱਚੇ ਦੀ ਬਹੁਤ ਜ਼ਿਆਦਾ ਛੋਟੀ ਹੁੰਦੀ। ਹਾਂਜੀ, ਇਸ ਕਰਕੇ ਬੱਚੇ ਨੂੰ ਥੋੜੀ ਸਮਝ ਹੋਣੀ ਚਾਹੀਦੀ ਹੈ ਮੈਂ ਬਾਹਰ ਜਾ ਕੇ ਆਪਣਾ ਮਤਲਬ, ਦੇਖੋ ਉਹਨੇ ਸਾਰਾ ਖਰਚਾ ਕਰਨਾ ਹੁੰਦਾ, ਪਾਣੀ ਦਾ ਬਿੱਲ ਵੀ ਆਉਣਾ, ਬਿਜਲੀ ਦਾ ਬਿੱਲ ਵੀ ਆਉਣਾ ਉਹਨੂੰ, ਹਨਾ, ਫਿਰ ਉਹਨੇ ਕਿਰਾਇਆ, ਰੂਮ ਰੈਂਟ ਸਾਰਾ ਕੁਝ ਪਾ ਪੂ ਕੇ ਤੇ ਉੱਥੇ ਬਹੁਤ ਜ਼ਿਆਦਾ ਖਰਚਾ ਬਣ ਜਾਂਦਾ, ਠੀਕ ਹੈ ਨਾ, ਪਰ ਇੰਨੇ ਬੱਚਾ ਉੱਥੇ ਕੰਮ ਨਹੀਂ ਕਰ ਸਕਦਾ। ਹਾਂ, ਨਹੀਂ ਕਰ ਸਕਦਾ। ਹਾਂਜੀ ਹਾਂਜੀ, ਇਸ ਕਰਕੇ ਫਿਰ ਬੱਚੇ ਨੂੰ ਥੋੜਾ 23-24 ਸਾਲ ਤੱਕ ਬੱਚੇ ਨੂੰ ਆਪਣਾ ਪਤਾ ਪਤਾ ਹੋਵੇ ਕਿ ਮੈਂ ਬਾਹਰ ਜਾਣਾ ਆ, ਠੀਕ ਹੈ ਨਾ। ਫਿਰ ਕਈ ਬੱਚੇ ਇੱਥੋਂ ਫੀਸਾਂ ਮਰਾਉਂਦੇ ਮੰਗਾਉਂਦੇ ਆ, ਫਿਰ ਮਾਂ ਪਿਓ ਪੇਰੈਂਟਸ ਬਹੁਤ ਤੰਗ ਹੁੰਦੇ, ਇੰਨੀਆਂ ਫਿਰ 3-3-4-4 ਲੱਖ ਫੀਸਾਂ ਕਿੱਥੋਂ ਭੇਜਣ। ਪੇਰੈਂਟਸ ਤੇ ਭਾਵੇਂ ਆਪਣੇ ਵੱਲੋਂ ਸਮਝਾਉਂਦੇ ਹੀ ਆ ਵੀ ਬੱਚੇ ਆਪਾਂ ਤੇਰੇ ਤੇ ਖਰਚਾ ਲਾਤਾ ਵਾ, ਇਹ ਹੁਣ ਤੇਰਾ ਫਰਜ਼ ਬਣ ਰਿਹਾ ਵਾ ਵੀ ਕਮਾਉਣਾ ਵਾ, ਪਰ ਇਹ ਵੀ ਜਿਹੜੀ ਇਹ ਵਾਲੀ ਗੱਲ ਕਹਿ ਦੇਣੀ ਆ ਬੱਚੇ ਨੂੰ, ਉਹ ਬੱਚੇ ਦੇ ਮਨ ਤੇ ਬੜਾ ਅਸਰ ਹੋ ਜਾਂਦਾ ਵਾ। ਉਹ ਪਤਾ ਨਹੀਂ ਕਿੰਨੀ ਕੁ ਵਾਰੀ ਜਿਹੜਾ ਨੌਕਰੀਆਂ ਲਈ ਕਦੀ ਕਿਤੇ ਰਿਜ਼ਿਊਮ ਦੇ ਆ, ਕਦੀ ਕਿਤੇ ਦੇ ਆ, ਕਦੀ ਕਿਤੇ ਦੇ ਆ, ਪਤਾ ਨਹੀਂ ਉਹ ਮਹੀਨਾ 2 ਮਹੀਨੇ ਤੇ ਇਹੋ ਚੱਕਰ 'ਚ ਹੀ ਲੱਗੇ ਰਹਿੰਦੇ ਵੀ ਸਾਨੂੰ ਨੌਕਰੀ ਮਿਲ ਜੇ, ਨੌਕਰੀ ਮਿਲ ਜੇ।
ਤੇ ਜਦੋਂ ਨੌਕਰੀ ਨਹੀਂ ਮਿਲਦੀ ਖਾਲੀ ਆ ਤੇ ਉਹ ਮੁੜਦੇ ਆ ਤੇ ਉਹਨਾਂ ਨੂੰ ਫਿਰ ਬੜਾ ਵਿਚਾਰਿਆਂ ਨੂੰ ਹੁੰਦਾ ਪਹਿਲਾਂ ਪਹਿਲਾਂ ਆਪੀ ਨੂੰ ਹੀ ਹੋ ਗਿਆ ਸੀ ਦੂਸਰੇ ਮੁੰਡਿਆਂ ਦੇ, ਜਿਸ ਤਰ੍ਹਾਂ ਮੇਰੇ ਦੋਸਤ ਚੱਲੇ ਬਾਹਰ, ਮੇਰਾ ਵੀ ਬਾਹਰ ਦਾ ਬਣਾ ਦੋ, ਪਰ ਫਿਰ ਇਹਨਾਂ ਕਿਹਾ ਨਹੀਂ ਉਮਰ ਛੋਟੀ ਕਰੀ ਅਭੀ, ਤੈਨੂੰ ਬਾਹਰ ਦੀ ਦੁਨੀਆਂ ਦਾ ਅਜੇ ਨਹੀਂ ਪਤਾ। ਹਾਂਜੀ ਫਿਰ ਇਹਨਾਂ ਵੀ ਬਟਾਲੇ ਨੂੰ PMS BMS ਕਾਲਜ, ਹਾਂਜੀ ਬੀ ਫਾਰਮੇਸੀ, ਹਾਂਜੀ ਬੀ ਫਾਰਮੇਸੀ ਕਰ ਰਿਹਾ। ਹਾਂਜੀ ਹੋਰ ਤੁਹਾਡੇ ਸਾਹਮਣੇ ਆਉਂਦਾ ਵਾ, ਹਾਂਜੀ ਨਹੀਂ ਬੜਾ ਵਧੀਆ, ਸਭ ਤੋਂ ਜ਼ਿਆਦਾ ਪਤਾ ਹੈ ਉਹਦੇ ਬਾਰੇ। ਹਾਂਜੀ ਜਿਹੜੀ ਵੀ ਇਹਨੂੰ ਗੱਲ ਕਹੋ ਹੈ ਬਿਲਕੁਲ ਮੰਨ ਲਈ, ਉਹਨੇ ਕੋਈ ਸ਼ੈਤਾਨੀ, ਇੱਥੋਂ ਹੁਣ 18 ਸਾਲ ਦਾ ਹੋ ਗਿਆ, ਉਹਨੇ ਕੋਈ ਸ਼ੈਤਾਨੀ ਨਹੀਂ, ਕੋਈ ਇਹੋ ਜਿਹੀ ਚੀਜ਼ ਕਿਸੇ ਦੀ ਚੀਜ਼ ਵੇਖ ਕੇ ਵੀ ਉਹਨੇ ਕਹਿਣਾ ਨਹੀਂ ਵੀ ਮੈਨੂੰ ਆਹ ਚੀਜ਼ ਚਾਹੀਦੀ ਹੈ ਮੰਮੀ। ਹਾਂਜੀ ਅਜੇ ਛੋਟਾ ਥੋੜਾ ਤੇਜ਼ ਵਾ, 6 ਸਾਲ ਛੋਟਾ ਉਹ ਤੋਂ, ਉਹ ਤੇ ਬਿਲਕੁਲ ਨਹੀਂ ਕੈਮਰੇ ਸਾਹਮਣੇ ਆਉਂਦਾ। ਹਾਂਜੀ 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 ਉਹਦੇ ਜੋ ਬਾਕੀ ਇੱਕ ਹੋਰ ਗੱਲ ਬਿਰਧ ਆਸ਼ਰਮ, ਹਾਂਜੀ ਹਰਚਵਾਲ ਕੋਲ। ਅੱਛਾ ਚਲੋ ਵੀ ਬਿਰਧ ਆਸ਼ਰਮ ਚਾਹੀਦਾ ਵੀ ਨਹੀਂ ਖੁੱਲਣੇ ਚਾਹੀਦੇ, ਹਾਂਜੀ ਦੂਰ ਦੂਰ ਸੁਣੀਦੇ ਹੁੰਦੇ ਹਨ ਤੇ ਆਪਣੇ ਘਰਾਂ ਚ ਆ ਹਰ ਕੋ ਨੂੰ ਚਾਹੀਦਾ ਆਪਣੇ ਮਾਂ ਪਿਓ ਦੀ ਸੇਵਾ ਕਰਨੀ। ਹਾਂਜੀ ਹੈ ਨਾ, ਸੇਵਾ ਕਰਨੀ ਬਣਦੀ ਹੈ ਕਿਉਂਕਿ ਮਾਂ ਪਿਓ ਜਿੱਦਾਂ ਬੱਚੇ ਨੂੰ ਪਾਲਦਾ ਮਾਂ ਪਿਓ ਨੂੰ ਪਤਾ ਹੈ। ਠੀਕ ਹੈ, ਇਹ ਕਰਕੇ ਬਿਰਧ ਆਸ਼ਰਮ ਨਹੀਂ ਖੁੱਲਣੇ ਚਾਹੀਦੇ। ਹਾਂਜੀ ਹੁਣ ਬਿਰਧ ਆਸ਼ਰਮ ਹਰਚਵਾਲ ਖੁੱਲਿਆ ਹੈ ਇੱਕ। ਅੱਛਾ ਡਾਕਟਰ ਅਮਰਜੀਤ ਸਿੰਘ ਧਾਲੀਵਾਲ, ਹਾਂਜੀ ਕਾਫੀ ਹੱਦ ਤੱਕ ਸਾਡੇ ਨਾਲ ਕਾਫੀ ਕਲੋਜ਼ ਆ। ਹੂੰ ਮੈਨੂੰ ਇੱਥੇ ਤੱਕ ਪਹੁੰਚਾਉਣ ਵਾਲੇ ਉਹਨਾਂ ਦਾ ਬੜਾ ਸਹਿਯੋਗ ਆ। ਠੀਕ ਜੀ, ਇੱਥੇ ਤੱਕ ਪਹੁੰਚਾਉਣ ਲਈ ਮੈਨੂੰ ਉਹਨਾਂ ਨੇ ਕਾਫੀ ਸਹਿਯੋਗ ਦਿੱਤਾ। ਹਾਂਜੀ ਇੱਥੇ ਤੱਕ ਚੁੱਕਣ ਵਾਲੇ ਮੈਨੂੰ ਡਾਕਟਰ ਅਮਰਜੀਤ ਸਿੰਘ ਧਾਲੀਵਾਲ ਸਾਹਿਬ ਹੀ ਆ। ਹਾਂਜੀ ਤੇ ਉਹ ਹੁਣ ਬਿਰਧ ਆਸ਼ਰਮ ਦਾ ਕਾਫੀ ਦੇਣ ਡੇ ਸਹਿਯੋਗ ਦੇਣ ਡੇ ਉੱਥੇ। ਸਾਨੂੰ ਸਾਰਿਆਂ ਨੂੰ ਚਾਹੀਦਾ ਵੀ ਜੇ ਕੋਈ ਬਿਮਾਰ ਆ ਉੱਥੇ ਬਜ਼ੁਰਗ ਆ, ਹਾਂਜੀ ਸਾਰਿਆਂ ਨੂੰ ਥੋੜਾ ਬਹੁਤਾ ਉੱਥੇ ਜਾ ਕੇ ਚੱਲ ਕੇ ਉਹਨਾਂ ਦਾ ਹਾਲ ਚਾਲ ਪੁੱਛ ਕੇ ਆਉਣਾ ਚਾਹੀਦਾ, ਸਹਿਯੋਗ ਦੇਣਾ ਚਾਹੀਦਾ। ਪਹਿਲੀ ਗੱਲ ਤੇ ਗੁਰਦੁਆਰੇ ਕਿਸੇ ਦੇ ਜਾਣ ਦਾ ਫਾਇਦਾ ਹੀ ਨਹੀਂ ਕੋਈ, ਕਿ ਉਹਨਾਂ ਨੂੰ ਬਜ਼ੁਰਗਾਂ ਨੂੰ ਤੁਸੀਂ ਸਾਂਭਣਾ ਹੀ। ਹਾਂਜੀ ਹਾਂਜੀ ਠੀਕ ਹੈ ਨਾ, ਹੁਣ ਅੱਜ ਕੱਲ ਕਹਿੰਦੇ ਉੱਥੇ ਵੀ ਸੇਵਾ ਉੱਥੇ ਜਾਣ ਹੀ ਜ਼ਿਆਦਾ ਉਹਦੇ ਜਿਹੜੇ ਬੱਚੇ ਨਹੀਂ ਸਾਂਭ ਸਕਦੇ, ਬੱਚੇ ਘੱਲਣ ਡੇ ਮਾਂ ਪਿਓ ਨੂੰ ਕਿ ਤੁਸੀਂ ਚੱਲ ਜਾਓ, ਸਾਡੇ ਕੋਲ ਸਾਂਭਿਆ ਨਹੀਂ ਤੁਹਾਨੂੰ, ਮਾਂ ਪਿਓ ਨੇ ਤੇ ਕਦੀ ਨਹੀਂ ਅਨਾਥ ਆਸ਼ਰਮ ਚ ਭੇਜੇ ਬੱਚੇ, ਉਹੀ ਤੇ ਫਿਰ ਉਹੀ ਮਾਂ ਪਿਓ ਵਾਧੂ ਹੋ ਜਾਂਦੇ ਆ, ਹੁਣ ਉਹੀ ਮਾਂ ਪਿਓ 3-4 ਬੱਚੇ ਪਾਲਦਾ, ਪਰ ਇੱਕ ਅੱਧਾ ਮਾਂ ਪਿਓ ਸਾਂਭਣਾ ਭਾਰੂ ਹੋ ਜਾਂਦਾ ਬੱਚੇ ਨੂੰ। ਇਹ ਸਾਨੂੰ ਇਹ ਵੀ ਆਪੋ ਆਪਣੇ ਮਾਂ ਪਿਓ ਨੂੰ ਤੁਸੀਂ ਸਾਂਭੋ, ਹਾਂਜੀ ਜੇ ਥੋੜੀ ਰੋਟੀ ਵੀ ਉਹ ਚ ਥੋੜੀ ਵੀ ਉਹ ਖਾ ਕੇ ਗੁਜ਼ਾਰਾ ਕਰ ਲੈਣਗੇ, ਹਾਂਜੀ ਪਰ ਜਦੋਂ ਤੁਸੀਂ ਉਹਨਾਂ ਨੂੰ ਉੱਥੇ ਘੱਲ ਦਿੰਦੇ ਫਿਰ ਉਹਨਾਂ ਦੀ ਜ਼ਿੰਦਗੀ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਫਿਰ ਉਹ ਜਿੰਦੇ ਜੀ ਮਰੇ ਹੀ ਆ ਇੱਕ ਸਭ। ਹਾਂਜੀ ਇਹਨਾਂ ਗੱਲਾਂ ਤੋਂ ਬਾਅਦ ਹੁਣ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਵੀ ਤੁਹਾਡੀ ਕੋਈ ਸਕੂਲ ਦੀ ਯਾਦ ਜਾਂ ਕੋਈ ਹੋਰ ਕੋਈ ਯਾਦ ਹੋਵੇ ਤੇ ਸਾਡੇ ਦਰਸ਼ਕਾਂ ਨਾਲ ਤੁਸੀਂ ਸਾਂਝੀ ਕਰਨਾ ਚਾਹੋ ਤੇ। ਉਹ ਮੈਂ ਜ਼ਰੂਰ ਕਰਨਾ ਚਾਹੂੰਗੀ, ਅੱਗੇ ਆਵੇ ਤੇ ਪਾਪਾ ਕਹਿੰਦੇ ਮੇਰੀ ਨਾ ਵੱਡੀ ਸਿਸਟਰ ਜਿਹੜੀ, ਹਾਂਜੀ ਉਹ ਵੀ ਬੜਾ ਪੜ੍ਹੀ ਆ, ਉਹਨਾਂ ਵੀ ਇੱਦਾਂ ਕੀਤਾ ਡਰੈਸ ਡਿਜ਼ਾਈਨਿੰਗ ਦਾ ਕੋਰਸ ਕੀਤਾ, ਹਾਂਜੀ BA BEd ਕਰਕੇ। ਠੀਕ, ਤੇ ਪੁੰਮਾ ਜਿਹੜੀ ਮੇਰੇ ਘਰ ਦਰਾਣੀ ਮੇਰੀ, ਹਾਂਜੀ ਉਹਨੇ ਵੀ ਪਾਰਲਰ ਦਾ ਵੀ ਕੀਤਾ ਵਾ ਤੇ ਇੱਦਾਂ ਵੀ ਕੀਤਾ ਸਟਿਚਿੰਗ ਦਾ ਵੀ ਕੀਤਾ, ਤੇ ਜਿਹੜੀ ਛੋਟੀ ਆ ਨਾ ਸਭ ਤੋਂ ਉਹਨੇ BCA ਕਰਕੇ MBA ਕੀਤੀ ਆ। ਅੱਛਾ, ਇਹ ਮੈਨੂੰ ਕਈ ਵਾਰ ਮਿਹਣਾ ਮਾਰ ਦੇਣਗੇ ਵੀ ਤੈਨੂੰ ਕੋਰਸ ਕਾਹਦਾ ਕਰਾਇਆ, ਕਈ ਵਾਰ ਕਹਿ ਦਿੰਦੇ ਆ ਵੀ ਤੈਨੂੰ ਮੱਝਾਂ ਦਾ ਕੋਰਸ ਕਰਾਇਆ ਧਾਰਾ ਧੁਰਾ ਵਿਚੋਲੇ, ਮੈਂ ਕਿਹਾ ਵੀ ਉਹਨਾਂ ਦੀਆਂ ਵੇਖੀਆਂ ਤੇ ਤੁਹਾਡੀਆਂ ਰੱਖੀਆਂ ਗਈਆਂ, ਪਹਿਲਾਂ ਧਾਰਾ ਧੁਰਾ ਇੱਥੇ ਆ ਕੇ ਸਿੱਖ ਲਈਆਂ, ਜਿਹੜੇ ਕੰਮ ਮੈਂ ਕਰਾਂ ਮੈਂ ਕਰ ਲੈਂਦੀ, ਮੈਂ ਗਾੜੀ ਫਿਰ ਮੈਨੂੰ +2 ਬਾਅਦ ਮੇਰੀ ਮੰਮੀ ਹੋਣਾ ਵੀ ਐਚ ਪਾਇਆ ਜਿਹੜਾ ਸਟਿਚਿੰਗ ਮੈਨੂੰ ਪਾਇਆ ਉਹਨਾਂ, ਹਾਂਜੀ ਤੇ ਕਈ ਮਤਲਬ ਬੱਚਿਆਂ ਦਾ ਦਿਮਾਗ ਹੁੰਦਾ ਕੰਮ ਕਰ ਲੈਂਦੇ ਕਈ ਨਹੀਂ ਕਰ ਲੈਂਦੇ, ਹੈ ਇੰਟਰਸਟ ਦੀ ਗੱਲ। ਹਾਂਜੀ ਉਹ ਮੈਡਮ ਨੇ ਪਹਿਲਾਂ ਤਾਂ ਨਾ ਲੰਗੋਟ ਤੇ ਦੂਜੇ ਜਾਂਗੀਆਂ ਤੱਕ ਹੀ ਸਿਖਾਉਣੀ, ਮੈਂ ਇੱਕ ਦਿਨ ਜਿਦ ਨਾ ਕਿਹਾ ਮੈਂ ਮੈਡਮ ਜੀ ਮੈਨੂੰ 2 ਮਹੀਨੇ ਹੋ ਗਏ ਮੈਨੂੰ ਤੁਸੀਂ ਸਿੱਧੇ ਸੂਟ ਹੀ ਸਿਖਾਓ, ਮੈਡਮ ਕਹਿੰਦੇ ਵੀ ਚੱਲ ਤੂੰ ਸੂਟ ਸਿੱਖ ਲਿਆ ਤੇ ਤੂੰ ਘਰ ਚੱਲ ਜਾਣਾ, ਮੈਂ ਕਿਹਾ ਨਹੀਂ ਮੈਡਮ ਜੀ ਮੈਂ ਆਇਆ ਕਰੂੰ ਮੈਂ 6 ਮਹੀਨੇ, ਉਹਨਾਂ ਕੀ ਮੈਡਮ ਨੇ ਸੂਟ ਸਲਵਾਰ ਮੈਨੂੰ ਕੱਟ ਕੇ ਦੇ ਤਾ, ਮੈਂ ਕੀ ਸਲਵਾਰ ਮੈਂ ਚਲੋ ਸੀਨ ਲੱਗੀ ਤੇ ਮੈਂ ਘਰ ਜਾ ਕੇ ਜਿਹੜੀ ਮੈਡਮ ਨੇ
ਪਹੁੰਚਾ ਕੱਟਿਆ ਸੀ ਤੇ ਮੈਂ ਕੱਟ ਕੇ ਬੈਲਟ ਪਾ ਦਿੱਤੀ ਸਲਵਾਰ ਨੂੰ। ਠੀਕ ਆ ਮੈਡਮ ਮੈਨੂੰ ਕਹਿੰਦੇ ਵੀ ਆ ਸੂਟ ਬਾਕੀ ਪਹੁੰਚਾ ਇੱਕ ਕਿੱਥੇ ਆ ਇੱਕ, ਮੈਂ ਮੈਡਮ ਜੀ ਤੁਸੀਂ ਇੰਨਾ ਹੀ ਕੱਟਿਆ, ਕਹਿੰਦੇ ਹੈ ਕੁੜੀ ਦਾ ਦਿਮਾਗ ਖਰਾਬ, ਪਹੁੰਚਾ ਤੂੰ ਅੰਨੀ ਇੰਨਾ ਕੱਟਿਆ, ਮੈਂ ਤਾਂ ਪੂਰੀ ਸਲਵਾਰ ਕੱਟੀ। ਉਹ ਤੋਂ ਬਾਅਦ ਮੈਂ ਨੀ ਸੂਟਾਂ ਵਾਲਾ ਪਾਈ, ਪਲੱਸ ਟੂ ਦੀ ਗੱਲ ਦੱਸਦੀ, ਪਲੱਸ ਵਨ ਕੇ ਟੂ ਚ ਮੈਨੂੰ ਇੰਨਾ ਨੀ ਯਾਦ ਹੈ, ਛੋਟੀਆਂ ਉਦੋਂ ਤੇ ਆਪਾਂ ਸਕੂਲ ਜਾਣ ਡੇ ਸੀ ਤੇ ਅਸੀਂ ਲੇਟ ਹੋ ਗਏ, ਹੁਣ ਤਾਂ ਇਹ ਵੀ ਕਿਸੇ ਨੂੰ ਹੱਥ ਦੇਣ ਦਾ ਸਮਾਂ ਹੀ ਨਹੀਂ। ਪਹਿਲੀ ਗੱਲ ਜਿਹਦਾ ਭਰਾ ਉਹਦਾ ਭਰਾ ਜਿਹਦੀ ਭੈਣ ਉਹਦੀ ਭੈਣ ਹੈ ਤੇ ਅਸੀਂ ਦੋ ਤਿੰਨ ਕੁੜੀਆਂ ਸਾਨੂੰ ਇਹ ਵੀ ਪ੍ਰੇਅਰ ਚੋਂ ਸਾਨੂੰ ਲੇਟ ਹੋ ਜਾਣਾ, ਸਾਨੂੰ ਖੜੇ ਕਰ ਦੇਣਾ ਤੇ ਮੈਂ ਸਾਡੇ ਲਾਗੇ ਸੀ ਅੰਕਲ ਤੇ ਉਹਨਾਂ ਨੇ ਖਿਲਾਰ ਜਿਹਾ ਭੜੁੱਕਾ ਜਿਹਾ ਹੁੰਦਾ ਸੀ, ਮੈਂ ਕਿਹਾ ਲੇਟ ਹੋ ਗਿਆ ਵਾ ਵੀਰ ਜੀ ਭੈਣ ਜੀ ਬਹਿ ਜਾਓ ਹੈ ਤੇ ਚਲੋ ਜਦੋਂ ਅਸੀਂ ਤਾਰਾ ਕੱਢਦੇ ਅੱਡੇ ਚ ਮੈਂ ਉਹਨਾਂ ਕੁੜੀਆਂ ਦਾ ਨਾਂ ਨੀ ਲੈਣ ਚਾਹੁੰਦੀ, ਹੁਣ ਉਹ ਵੀ ਆਪਣੇ ਆਪਣੇ ਘਰ ਜਗ੍ਹਾ ਇਸ ਤਰ੍ਹਾਂ ਉਹਨਾਂ ਦੇ, ਹੁਣ ਮੇਰਾ ਤਾਂ ਮਜ਼ਾਕ ਬਣਨੇ ਮੰਨਣਾ ਤੇ ਦੂਜਿਆਂ ਦਾ ਵੀ ਮਜ਼ਾਕ ਬਣ ਕੇ ਨਾ, ਮੈਂ ਉਹਨਾਂ ਦੇ ਨਾਂ ਨੀ ਲੈਣਾ ਚਾਹੁੰਦੀ। ਦੋ ਤਿੰਨ ਜਾਣਿਆ ਸੀ ਹੈ, ਮੈਂ ਨਾ ਉਹਨੂੰ ਬਥੇਰਾ ਅਸੀਂ ਕਿਹਾ ਵੀ ਵੀਰ ਜੀ ਸਾਡੇ ਸਕੂਲ ਦਾ ਅੱਡਾ ਆ ਗਿਆ ਸਾਨੂੰ ਤਾਰ ਦਿਓ ਤਾਰਾਗੜ੍ਹ ਅੱਡਾ, ਉੱਥੋਂ ਅਸੀਂ ਪੈਦਲ ਤੁਰ ਕੇ ਜਾਣਾ ਤੇ ਤੁਰ ਕੇ ਆਉਂਦੀਆਂ ਨੇ ਤੇ ਲੇਟ ਕਰਨ ਕਰਕੇ ਅਸੀਂ ਬਹਿ ਗਈਆਂ ਤੇ ਮੈਂ ਜਦੋਂ ਉਹਨੇ ਨਾ ਖਿਲਾ ਰਿਹਾ ਤੇ ਅਸੀਂ ਕਿਹਾ ਇਹਨੇ ਤਾਂ ਸਾਨੂੰ ਸ੍ਰੀ ਗੁਰੂ ਤੇਗ ਬਹਾਦਰ ਸਕੂਲ ਲੈ ਜਾਣਾ, ਪਹਿਲਾਂ ਤਾਂ ਮਨਪ੍ਰੀਤ ਮੈਂ ਮਾਰੀ ਛਾਲ ਛਾਲ ਦੇ ਕੜੁੱਕੇ ਤੋਂ ਉੱਥੋਂ ਪੈਰ ਕਠਾਂ ਤੇ ਮੈਂ ਇਸ ਤਰ੍ਹਾਂ ਦੇ ਰੁੱਖ ਮੈਂ ਬਹਿ ਗਈ ਸੜਕ ਦੇ, ਮੈਂ ਦੋ ਕੁ ਮਿੰਟ ਕੱਪੜੇ ਕੁਪੜੇ ਝਾੜ ਕੇ ਆਪਣੇ ਮੈਂ ਏਦਾਂ ਵੇਖਿਆ ਤੇ ਪਿੱਛੇ ਮੇਰੀ ਉਹ ਸਹੇਲੀ ਨੇ ਵੀ ਛਾਲ ਮਾਰਤੀ, ਦੂਜੀ ਨੇ ਤੀਜੀ ਨੇ ਵੀ ਮਾਰਤੀ, ਮੈਨੂੰ ਤਾਂ ਇੰਨੀ ਅੱਡੇ ਚ ਸਾਨੂੰ ਸ਼ਰਮ ਆਈ ਤੇ ਅਸੀਂ ਉਹਦਾ ਆਪਣੇ ਕੱਪੜੇ ਝਾੜ ਕੇ ਨਾ ਆਪਣੇ ਸਕੂਲ ਵੱਲ ਚੱਲ ਪਈਆਂ ਤੇ ਕਹਿੰਦੀ ਹਾਈ ਸਾਰੇ ਜਣੇ ਮੈਂ ਵੇਖਣ ਡੇ, ਹੁਣ ਇੱਕ ਦੂਜੀ ਉਧਰੋਂ ਬੱਸ ਆ ਗਈ, ਬੱਸ ਨੇ ਜਦੋਂ ਬ੍ਰੇਕ ਮਾਰੀ ਬੱਸ ਵਾਲਾ ਆਉਂਦਾ ਵੀ ਤੁਹਾਨੂੰ ਮੇਰੀ ਬੱਸ ਮਿਲੀ ਮਰਨ, ਭਰਾ ਹੀ ਮਰਨ ਥੋੜੀ ਆਏ ਅਸੀਂ ਤੇ ਸਕੂਲ ਚੱਲੇ ਆਏ, ਉਸ ਤੋਂ ਬਾਅਦ ਅਸੀਂ ਅੱਡੇ ਆਉਣ ਥਾਣੀ ਨੇ ਅਸੀਂ ਤਾਂ ਦੂਜੀ ਰਾਹ ਸਾਨੂੰ ਲੰਘ ਜਾਂਦੀ ਰਹੀ ਆ। ਹੁਣ ਬਾਅਦ ਵਿਚ ਮੈਂ ਵੇਖਿਆ ਵੀ ਉਦੋਂ ਮੈਂ ਡਿੱਗੀ ਕਿਉਂ ਸੀਗੀ ਭਲਾ, ਫੇਰ ਬਾਅਦ ਵਿਚ ਏਦਾਂ ਹੀ ਸਰਚ ਕਰਦੇ ਕਰਦੇ ਸਾਹਮਣੇ ਆਇਆ ਵੀ ਜਿੱਧਰ ਨੂੰ ਜਾਂਦੀ ਹੈ ਨਾ ਚੀਜ਼ ਉਧਰ ਨੂੰ ਦੌੜੋ ਨਾਲ ਥੋੜਾ ਜਿਹਾ ਤੇ ਫੇਰ ਬਾਅਦ ਵਿਚ ਜਾ ਕੇ ਤੇ ਆਪਣੇ ਆਪ ਹੀ ਰੁਕ ਜੋ ਪਰ ਮਾਰਨੀ ਨਹੀਂ ਨਾ ਸਾਨੂੰ ਇਹ ਹੀ ਅਸੀਂ ਪ੍ਰੇਅਰ ਚ ਫੇਰ ਖੜੇ ਹੋਣਾ, ਸਾਨੂੰ ਤਾਂ ਉਹਦੀ ਟੈਨਸ਼ਨ ਸਕੂਲ ਦੀ ਤੇ ਸਾਨੂੰ ਬਾਅਦ ਚ ਇੱਕ ਦੂਜੇ ਇੰਨਾ ਜਦੋਂ ਅਜੇ ਵੀ ਮੈਨੂੰ ਉਹ ਗੱਲ ਚੇਤਾ ਆਈ ਨਾ ਮੈਂ ਇਕੱਲੀ ਇੰਨਾ ਹੱਸਦੀ ਇੱਕ ਦਿਨ ਮੈਨੂੰ ਆਪ ਦੇ ਪਾਪਾ ਨੇ ਤੇਰਾ ਦਿਮਾਗ ਖਰਾਬ ਹੋ ਗਿਆ ਤੂੰ ਕਿਹਾ ਸੁਣੀ, ਪਰ ਮੈਂ ਗੱਲ ਅਜੇ ਤੀਕ ਜਾਹਿਰ ਨਹੀਂ ਕੀਤੀ ਅੱਜ ਕੀਤੀ ਹੈ ਜਾਹਿਰ ਗੱਲ, ਪਰ ਹੁਣ ਭਾਵੇਂ ਅੱਬੇ ਦੇ ਪਾਪਾ ਮੇਰੇ ਮਜ਼ਾਕ ਹੀ ਉਡਾਉਣਗੇ ਤੇਰਾ ਦਿਮਾਗ ਦਾ ਗਿਆ ਤੂੰ ਤੇ ਕਿਹੜਾ ਕਰੇ ਜਾਉਂਦੀ। ਇੱਕ ਗੱਲ ਸਾਡੀ ਰਹਿਣ ਦੀ ਸੀ ਵਿੱਚ ਮੈਂ ਕਦੋਂ ਦੀ ਯਾਦ ਕਰਦੀ ਸੀਗੀ ਵੀ ਜਿੱਦਾਂ ਮਤਲਬ ਰੱਖੜੀ ਨੂੰ ਸਿੱਖ ਧਰਮ ਦੇ ਵਿੱਚ ਬਹੁਤੀ ਮਾਨਤਾ ਨਹੀਂ ਦਿੱਤੀ ਜਾਂਦੀ ਤੇ ਕਹਿ ਦਿੰਦੇ ਆ ਵੀ ਹਨਾ ਵੀ ਆਪਣੀਆਂ ਜਿਹੜੀਆਂ ਵਾ ਧੀਆਂ ਹੋਰ ਆਪ ਰੱਖਿਆ ਕਰ ਸਕਦੀਆਂ ਵਾ ਵੀ ਇੰਨੇ ਜੋਗੀਆਂ ਹੁੰਦੀਆਂ ਵਾ ਤੇ ਤੁਹਾਡੇ ਅਕੋਰਡਿੰਗਲੀ ਇਹ ਸਿਰਫ ਇੱਕ ਧਾਗਾ ਹੀ ਆ ਕਿ ਜਾਂ ਮਤਲਬ ਇਹਦਾ ਕੋਈ ਹੋਰ ਵੀ ਮਤਲਬ। ਹਾਂਜੀ ਸਿੱਖ ਪ੍ਰਚਾਰਕ ਜਿਹੜੇ ਉਹ ਨਹੀਂ ਤਾਂ ਰੱਖੜੀ ਬੰਨਣ ਦਿੰਦੇ ਹਨਾ, ਹਾਂਜੀ ਤੇ ਪਰ ਇਹ ਇੱਕ ਭੈਣ ਭਰਾ ਦਾ ਰਿਸ਼ਤਾ ਵੀ ਹੈ ਇੱਕ, ਮੈਂ ਨਹੀਂ ਇਹ ਨਹੀਂ ਵੀ ਮੇਰਾ ਭਰਾ ਨਹੀਂ ਹੈ, ਇਹਦੀ ਅਹਿਮੀਅਤ ਚਲੋ ਮੇਰੇ ਜਿਹੜਾ ਨਨਾਣ ਵਈ ਹੈ ਨਾ ਮੇਰਾ ਪਰਮਜੀਤ ਸਿੰਘ ਉਹ ਜਦੋਂ ਉਹਨੂੰ ਛੁੱਟੀ ਨਾ ਉਹ ਕਈ ਵਾਰ ਉਹਨੂੰ ਸੋਚਦੇ ਵੀ ਇਹਨਾਂ ਦਾ ਬ੍ਰਦਰ ਨਹੀਂ ਹਾਂਜੀ ਉਹ ਮੇਰੇ ਕੋਲ ਆਪਣੀ ਰੱਖੜੀ ਮੇਰੇ ਕੋਲ ਇਹਨਾਂ ਨੂੰ ਪੁੱਛੋ ਉਹ ਰੱਖੜੀ ਬਣਵਾ ਕੇ ਜਾਂਦੀ ਮੇਰੇ ਕੋਲ
ਤੇ ਇਹ ਵੀ ਨਾਰੀ ਹਰ ਥਾਂ ਨਾਰੀ ਨਹੀਂ ਜਿੱਥੇ ਭਰਾ ਭੈਣ ਦਾ ਰਿਸ਼ਤਾ ਵੀ ਪਵਿੱਤਰ ਰਿਸ਼ਤਾ ਬਣ ਜਾਂਦਾ ਵੀ ਖੂਨ ਦਾ ਵੀ ਨਹੀਂ ਹੁੰਦਾ ਬਸ ਇੱਕ ਧਾਗਾ ਬੰਨਣ ਦੇ ਨਾਲ ਆਪਾਂ ਇੱਕ ਦੂਜੇ ਨਾਲ ਜੁੜ ਜਾਂਦੇ ਜੁੜ ਜਾਂਦੇ ਬਿਲਕੁਲ ਜੀ ਹਾਂ ਜੀ ਜਦੋਂ ਭੈਣ ਭਰਾ ਤਾਂ ਹਰ ਇੱਕ ਟਾਈਮ ਲਈ ਚਾਹੀਦੇ ਜਦੋਂ ਅਸੀਂ ਕੋਈ ਸ਼ਗਨਾਂ ਦੇ ਕੰਮ ਕਰਾਂਗੇ ਉਦੋਂ ਵੀ ਸਾਨੂੰ ਯਾਦ ਆਉਣਾ ਹਾਂਜੀ ਹੈਨਾ ਇਹ ਤਾਂ ਫਿਰ ਦੁਨੀਆ ਨੂੰ ਵੇਖ ਕੇ ਤੇ ਫਿਰ ਮਨ ਵਿੱਚ ਜੀਆ ਹੀ ਜਾਂਦਾ ਇੱਕ ਦੂਜੇ ਅਸੀਂ ਅਸੀਂ ਆਪਣੇ ਦੇ ਇੱਕ ਦੂਜੇ ਦੇ ਵੱਲ ਦੁਖੀ ਤਾਂ ਦੁਖੀ ਬੰਦਾ ਕੋਈ ਕਿਸੇ ਪਾਸੇ ਹੋਊ ਕੋਈ ਕਿਸੇ ਪਾਸੇ ਹੋਊ ਹੈ ਨਾ ਜੇ ਮਹਾਰਾਜ ਪ੍ਰਮਾਤਮਾ ਸਾਨੂੰ ਹਰ ਇੱਕ ਚੀਜ਼ ਦੇ ਦੇ ਤੇ ਅਸੀਂ ਉਹਨੂੰ ਯਾਦ ਕਿੱਦਾਂ ਕਰੀਏ ਹੈ ਨਾ ਕਈਆਂ ਨੂੰ ਹੁਣ ਦੀਦੀ ਦਿੱਤੇ ਵੀ ਆ ਤੇ ਹੁਣ ਜਿਹੜਾ ਨਸ਼ੇ ਦਾ ਹੜ ਵਗਣ ਡਿਆ ਵਾ ਨਾ ਹਾਂਜੀ ਉਹਨੇ ਬੜੀਆਂ ਭੈਣਾਂ ਦੇ ਜਿਹੜੇ ਉਹ ਭਰਾ ਖੋਲੇ ਆ ਤੇ ਜਾਂ ਨਸ਼ਿਆਂ ਨੇ ਜਾਂ ਐਕਸੀਡੈਂਟਾਂ ਨੇ ਹਨਾ ਸਾਰਿਆਂ ਦੇ ਹੁਣ ਵੀ ਭਰਾ ਬੜੇ ਮਤਲਬ ਰੱਖੜੀ ਲੰਘ ਕੇ ਗਈ ਆ ਮੈਂ ਕਮੈਂਟਾਂ ਦੇ ਵਿੱਚ ਪੜਿਆ ਵੀ ਬੜੀਆਂ ਹੀ ਮਤਲਬ ਭੈਣਾਂ ਕਹਿਣ ਦੀਆਂ ਸੀ ਪਿਆਡਿਆਂ ਨੂੰ ਕਿਸੇ ਨੂੰ 6 ਮਹੀਨੇ ਹੋਏ ਆ ਕਿਸੇ ਨੂੰ ਸਾਲ ਕਿਸੇ ਨੂੰ 10 ਸਾਲ ਹੋ ਗਏ ਆ ਵੀ ਕਈਆਂ ਦਾ ਹੈ ਹੀ ਨਹੀਂ ਆ ਹਨਾ ਤੇ ਇਹ ਆ ਵੀ ਮੇਰੇ ਵੱਲੋਂ ਤਾਂ ਹੱਥ ਜੋੜ ਕੇ ਇਹ ਆ ਬੇਨਤੀ ਜਿੰਨੇ ਵੀ ਭੈਣ ਭਰਾ ਵੇਖਣ ਡੇ ਆ ਵੀ ਇਹ ਵੇਖਿਆ ਕਰੋ ਵੀ ਜੇ ਸਾਨੂੰ ਭੈਣ ਭਰਾਵਾਂ ਦਾ ਰਿਸ਼ਤਾ ਦਿੱਤਾ ਵਾ ਅਸੀਂ ਵਧੀਆ ਨਿਭਾਈਏ ਤੇ ਅਸੀਂ ਨਸ਼ਿਆਂ ਵੱਲ ਨਾ ਜਾਈਏ ਕਿਉਂਕਿ ਜੰਮਦੇ ਨੀ ਕਈਆਂ ਨੂੰ ਭੁੱਲਦੇ ਤੇ ਜਦੋਂ ਤੁਸੀਂ ਇੰਨੇ ਜਵਾਨ ਜਵਾਨ ਚਲ ਜਾਣੇ ਉਹ ਮਾਂ ਪਿਓ ਦੇ ਦਿਲ ਤੇ ਜਾਂ ਭੈਣਾਂ ਦੇ ਦਿਲ ਤੇ ਕੀ ਬੀਤੀ ਹੋਊਗੀ ਇਸ ਕਰਕੇ ਮੇਰੀ ਹੱਥ ਜੋੜ ਕੇ ਇਹੋ ਬੇਨਤੀ ਆ ਜਿਹੜੇ ਨਸ਼ਿਆਂ ਵਾਲੇ ਆ ਇਹ ਮਾਂ ਪਿਓ ਨੂੰ ਬਿਲਕੁਲ ਹੀ ਬੇਵਕੂਫ ਬਣਾ ਦਿੰਦੇ ਆ ਬਿਲਕੁਲ ਉਹਨਾਂ ਨੇ ਮਤਲਬ ਕਿਸੇ ਨੇ ਕਹਿਣਾ ਵੀ ਮਾਂ ਦਾ ਕਸੂਰ ਹੀ ਕਿਸੇ ਨੇ ਕਹਿਣਾ ਪਿਓ ਦਾ ਕਸੂਰ ਮਤਲਬ ਜਿੰਨੀ ਮਰਜ਼ੀ ਅਸੀਂ ਵਧੀਆ ਚੰਗੀ ਰੋਟੀ ਖਾ ਲਾਂਗੇ ਨਾ ਜੇ ਸਾਡਾ ਤੀਪਤ ਮਾੜਾ ਹੋਊਗਾ ਤੇ ਸਾਨੂੰ ਰੋਟੀ ਲੱਗੂਗੀ ਨੀ ਉਗਦੀ ਵੀ ਨੀ ਆ ਜੇ ਸੁੱਕੀ ਅਸੀਂ ਚਾਰਨਾ ਵੀ ਖਾ ਲਾਂਗੇ ਨਾ ਸਾਡੇ ਬੱਚੇ ਵਧੀਆ ਚੰਗੇ ਸੰਸਕਾਰ ਉਹਨਾਂ ਦੇ ਸਾਨੂੰ ਉਹ ਵੀ ਦੁੱਧ ਦਹੀਂ ਵਾਂਗ ਲੱਗ ਜਾਏਗੀ ਪਰ ਕਈ ਘਰਾਂ ਦੇ ਵਿੱਚ ਸੰਸਕਾਰ ਬਹੁਤ ਵਧੀਆ ਹੁੰਦੇ ਆਪਣੇ ਵੱਲੋਂ ਹਰ ਮਾਂ ਪਿਓ ਜਿਹੜਾ ਬੜਾ ਵਧੀਆ ਸੰਸਕਾਰ ਦਿੰਦਾ ਵਾ ਹਨਾ ਤੇ ਫਿਰ ਵੀ ਬੱਚੇ ਜਿਹੜੇ ਉਹ ਆਪਣੀ ਮਰਜ਼ੀ ਦੇ ਨਾਲ ਆਪ ਉਧਰੀ ਕਰਕੇ ਨਸ਼ਿਆਂ 'ਚ ਲੱਗ ਜਾਂਦੇ ਆ ਪਰ ਇਲਜ਼ਾਮ ਸਾਰਾ ਹੀ ਮਾਂ ਪਿਓ ਤੇ ਹੀ ਹੁਣ ਮਾਨਪ੍ਰੀਤ ਮਾਂ ਕੋਈ ਮਾਂ ਪਿਓ ਨਹੀਂ ਚਾਹੁੰਦਾ ਮੇਰਾ ਧੀ ਪੁੱਤ ਮਾੜਾ ਹੋਏ ਅਸੀਂ ਹੁਣ ਜਨਮ ਤੇ ਦੇ ਦਿੰਦੇ ਉਹਨਾਂ ਦੇ ਕਰਮ ਨਹੀਂ ਦਿੰਦੀ ਤੇ ਹਰ ਵੇਲੇ ਅਸੀਂ ਧੀ ਪੁੱਤ ਦੇ ਬੱਚੇ ਦੇ ਨਾਲ ਨਹੀਂ ਬਚ ਸਕਦੇ ਠੀਕ ਹੈ ਨਾ ਇਹ ਤੇ ਬੱਚੇ ਨੂੰ ਆਪ ਹੀ ਚਾਹੀਦਾ ਮੇਰੇ ਮਾਂ ਪਿਓ ਕਿਸ ਤਰ੍ਹਾਂ ਮੈਨੂੰ ਡਏ ਆ ਕਰਨ ਪੜਾਉਣ ਲਿਖਾਉਣ ਅਸੀਂ ਤੇ ਇੱਕੋ ਗੱਲ ਆਪਣੇ ਬੱਚਿਆਂ ਨੂੰ ਵੀ ਕਹਿੰਦੇ ਹਾਂ ਹੁਣ ਤੇਰਾ ਪਾਪਾ ਵਾ ਸਾਰਾ ਦਿਨ ਤੁਰਿਆ ਰਹਿੰਦਾ ਹਾਂਜੀ ਤੁਸੀਂ ਇਹਨਾਂ ਵੱਲ ਹੀ ਵੇਖਿਆ ਕਰੋ ਤੇ ਇਹ ਜੇ ਤੁਸੀਂ ਚੰਗੀ ਤੇ ਬੱਚਿਆਂ ਨਹੀਂ ਕਰੀ ਉਹਨਾਂ ਵਾਸਤੇ ਵੀ ਉਹ ਜਿਹੜੇ ਐਸ਼ ਆਰਾਮ ਨਾਲ ਜੀਣ ਹਾਂਜੀ ਉਹਨਾਂ ਵਾਸਤੇ ਨਹੀਂ ਤੇ ਆਪਣੀ ਤੇ ਜ਼ਿੰਦਗੀ ਦਾਲ ਫੁਲਕਾ ਬੜਾ ਵਧੀਆ ਚੱਲਣ ਡਿਆ ਬਿਲਕੁਲ ਜੀ ਆਪਣਾ ਵੀ ਆਪਣੇ ਮਾਂ ਪਿਓ ਦਾ ਵੀ ਕਹਿਣਾ ਵੀ ਵੇਖੋ ਤੁਸੀਂ ਮੰਨੋ ਜਿਸ ਤਰ੍ਹਾਂ ਉਹ ਕਹਿੰਦੇ ਉਹ ਗਲਤ ਨੀ ਕੋਈ ਮਾਂ ਪਿਓ ਆਪਣੇ ਬੱਚੇ ਨੂੰ ਗਲਤ ਸਲਾਹ ਨਹੀਂ ਦੇ ਸਕਦਾ ਜ਼ਿੰਦਗੀ ਹੰਢਾਈ ਹੁੰਦੀ ਹੈ ਜ਼ਿੰਦਗੀ ਦਾ ਤਜਰਬਾ ਹੁੰਦਾ ਤੇ ਕਿੱਦਾਂ ਜ਼ਿੰਦਗੀ ਚਲਾਉਣੀ ਹੈ ਇਹ ਕਰਕੇ ਮਾਂ ਪਿਓ ਦੇ ਬੱਚਿਆਂ ਨੂੰ ਆਖੇ ਲੱਗਣਾ ਚਾਹੀਦਾ ਹੈ ਕੋਈ ਮਾਂ ਪਿਓ ਗਲਤ ਨਹੀਂ ਰਾਏ ਦੇ ਸਕਦਾ ਮੇਰੀ ਜਿੱਥੋਂ ਤੱਕ ਹਾਂਜੀ ਤੇ ਅੱਜ ਹੁਣ ਹੋ ਗਈਆਂ ਸਾਡੀਆਂ ਬਹੁਤ ਸਾਰੀਆਂ ਗੱਲਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸੱਦੇ ਤੇ ਆਏ ਵੀਰ ਜੀ ਆਪਣੇ ਇੰਨੇ ਮਤਲਬ ਬਿਜੀ ਸ਼ਡਿਊਲ ਦੇ ਵਿੱਚ ਟਾਈਮ ਕੱਢ ਕੇ ਆਏ ਆ ਫੋਨ ਤੇ ਫੋਨ ਆਉਣ ਡੇ ਆ ਵੀ ਅੱਜ ਬਾਬੇ ਦਾ ਵਿਆਹ ਵਾ ਵੇਖਣ ਜਾਣਾ ਵਾ ਮੁਕਲਾਵਾ ਵਾ ਅੱਜ ਹਨਾ ਤੇ ਹੁਣ ਚਲੋ ਅਸੀਂ ਤੁਹਾਨੂੰ ਇੰਨਾ ਚਿਰ ਨਹੀਂ ਰੋਕਦੇ ਬਾਕੀ ਜਿਹੜਾ ਵਾ ਏਦਾਂ ਹੀ ਪਿਆਰ ਦਿੰਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਅੱਗੇ ਅੱਗੇ ਸ਼ੇਅਰ ਕਰੋ ਚਲੋ ਜੀ ਸਤਿ ਸ਼੍ਰੀ ਅਕਾਲ।